ਹਾਲ ਹੀ ਦੇ ਦਿਨਾਂ ਵਿੱਚ ਪੰਜਾਬ ਤੇ ਪੰਜਾਬ ਤੋਂ ਬਾਹਰ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਿੱਥੇ ਪੰਜਾਬੀਆਂ ਦੀ ਵਸੋਂ ਕਾਫੀ ਜ਼ਿਆਦਾ ਤਾੜਤ ਵਿੱਚ ਹੈਗੀ ਹੈ ਉੱਥੋਂ ਦੀ ਕੁਝ ਘਟਨਾ ਕਰਮ ਹੈਗਾ ਅਸੀਂ ਸਮਝ ਚੁੱਕੇ ਹਾਂ ਵੀ ਪੰਜਾਬ ਨੇ ਇੱਕ ਵਖਵਾਦਾ ਦੌਰ ਦੇਖਿਆ ਹੈਗਾ ਇੱਕ ਖੂਨੀ ਸੰਤਾਪ ਹੋ ਗਿਆ ਹੈਗਾ ਤੇ ਅੱਜ ਜਦੋਂ ਕਿ ਸਾਕਾ ਨੀਲਾ ਤਾਰਾ ਤੋਂ ਲਗਭਗ 34 35 ਸਾਲ ਬਾਅਦ ਅਸੀਂ ਉਸ 1984 ਦੇ ਸਾਲ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਬਹੁਤ ਨਿਰਾਸ਼ਾ ਰਹਿੰਦੀ ਹੈ ਅਫਸੋਸ ਰਹਿੰਦਾ ਹੈ ਤੇ ਪਛਤਾਵਾ ਵੀ ਰਹਿੰਦਾ ਹੈ ਲੇਕਿਨ ਉਸ ਵਕਤ ਐਸੇ ਬਹੁਤ ਸੇ ਅਨਸਰ ਹੈਗੇ ਨੇ ਜੋ ਕਿ ਮੰਨਦੇ ਹੈਗੇ ਨੇ ਵੀ ਫੇਰ ਇੱਕ ਵਾਰ ਖਾਲਿਸਤਾਨ ਦੀ ਗੱਲ ਕੀਤੀ ਜਾਏ ਪੰਜਾਬ ਦੇ ਵਖਵਾਦ ਦੀ ਗੱਲ ਕੀਤੀ ਜਾਏ ਰੈਫਰੈਂਡਮ 2020 ਦੀ ਗੱਲ ਕੀਤੀ ਜਾਏ ਤੇ ਜਦੋਂ ਇਸ ਕਿਸਮ ਦੇ ਅਨਸਰਾਂ ਨੂੰ ਪੰਜਾਬ ਦੇ ਹੀ ਮੁੱਖ ਲੀਡਰਾਂ ਵੱਲੋਂ ਸ਼ੈ ਮਿਲਦੀ ਹੈ ਜਾਂ ਕੋਈ ਨਾ ਕੋਈ ਹੰਗਾਰਾ ਮਿਲਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦੀ ਗੱਲ ਹੋਣੀ ਚਾਹੀਦੀ ਹੈ ਹੈ ਇਸੇ ਰੋਸ਼ਨੀ ਦੇ ਵਿੱਚ ਆ ਸਰਦਾਰ ਬਿੱਟਾ ਹੋਣਾ ਨਾਲ ਸਾਡੀ ਗੱਲਬਾਤ ਹੈ ਬਿੱਟਾ ਸਾਹਿਬ ਸਭ ਤੋਂ ਪਹਿਲਾਂ ਇੱਕ 2020 ਰੈਫਰੈਂਡਮ ਹੈਗਾ ਸਿਕ ਫਾਰ ਜਸਟਿਸ ਨਾਦਿਕ ਜੱਥੇਬੰਦੀ ਹੈਗੀ ਹੈ ਜਿਸ ਨੂੰ ਕਿ ਅਮਰੀਕਾ ਦੇ ਵਿੱਚੋਂ ਸੰਚਾਲਿਤ ਕੀਤਾ ਜਾਂਦਾ ਐਸੇ ਬਹੁਤ ਸੇ ਮੁਲਕਾਂ ਦੇ ਵਿੱਚ ਬਹੁਤ ਸੇ ਜੱਥੇਬੰਦੀਆਂ ਬਹੁਤ ਸੇ ਅੰਸਰ ਬੈਠੇ ਨੇ ਲੇਕਿਨ ਜਦੋਂ ਪੰਜਾਬ ਦਾ ਲੀਡਰ ਆਫ ਓਪੋਜੀਸ਼ਨ ਜਾਂ ਪੰਜਾਬ ਦੇ ਵਿੱਚੋਂ ਕੁਝ ਆਗੂ ਇਸ ਕਿਸਮ ਦੀ ਗੱਲ ਦੇ ਵਿੱਚ ਹਾਮੀ ਭਰਦਨ ਤਾਂ ਗੱਲ ਚਿੰਤਾਜਨਕ ਤੁਸੀਂ ਬਤੌਰ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਕਾਂਗਰਸ ਦੇ ਲੀਡਰ ਹੋਣ ਦੇ ਨਾਤੇ ਕਿਵੇਂ ਦੇਖਦੇ ਹੋ ਮੈਂ ਵੀ ਪੰਜਾਬ ਦਾ ਮਨਿਸਟਰ ਰਿਹਾ ਹਾਂ ਅਸੀਂ ਟੈਰਰਿਜ਼ਮ ਨੂੰ ਬੜੀ ਨਜ਼ਦੀਕ ਤੋਂ ਦੇਖਿਆ ਨਜ਼ਦੀਕ ਤੋਂ ਲੜਿਆ ਅਮਨ ਸ਼ ਅਸੀਂ ਕਿਸੇ ਨੂੰ ਮਾਰਿਆ ਨਹੀਂ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਇਹਨੂੰ ਮਾਰ ਦਿਓ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਤੇ ਚਲਦਿਆਂ ਹੋਇਆਂ ਮਜ਼ਲੂਮਾਂ ਦੀ ਰੱਖਿਆ ਕੀਤੀ ਬੇਗੁਨਾਹਾਂ ਦੀ ਰੱਖਿਆ ਕੀਤੀ ਜਦੋਂ ਟ੍ਰੇਨਾਂ ਦੇ ਵਿੱਚੋਂ ਲਾਹ ਕੇ ਬੇਗੁਨਾਹ ਲੋਕਾਂ ਨੂੰ Hindu ਸਮਾਜ ਦੇ ਲੋਕਾਂ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ ਕੋਈ ਉਹਨਾਂ ਦਾ ਕਿਸੇ ਨਾਲ ਝਗੜਾ ਨਹੀਂ ਇੱਕ ਲਾਈਨ 'ਚ ਖੜਾ ਕਰਕੇ ਮਾਰ ਦਿੱਤਾ ਜਾਂਦਾ ਸੀ ਇਹ ਗੱਲਾਂ ਕਰਨ ਵਾਲੇ ਉਹ ਭੁੱਲ ਗਏ ਜਿੱਤੋਂ ਤੱਕ ਸੁਖਪਾਲ ਖੇੜਾ ਦੀ ਗੱਲ ਹੈ ਉਹ ਕੋਈ ਸੀਰੀਅਸ ਪੋਲੀਟੀਸ਼ੀਅਨ ਨਹੀਂ ਮੈਂ ਉਹਨਾਂ ਦੀ ਗੱਲ ਨੂੰ ਸੀਰੀਅਸ ਨਹੀਂ ਲੈਂਦਾ ਉਹਨੂੰ ਤਾਂ ਮੈਂ ਇੱਕ ਕਿਉਂ ਲੇਕਿਨ ਲੀਡਰ ਆਫ oppositon ਵਿਰੋਧੀ ਧਿਰ ਦਾ ਨੇਤਾ ਹੈ oppositon leader ਕੀ بڑے ਲੀਡਰ ਹਿੰਦੁਸਤਾਨ ਦੇ ਬੜੇ ਨੇ ਆਰਗੇਨਾਈਜੇਸ਼ਨਾਂ ਜਿਹੜੇ ਤੁਸੀਂ ਕਹਿੰਦੇ ਹੋ ਉੱਥੇ ਇੱਥੇ ਜਗ੍ਹਾ-ਜਗ੍ਹਾ ਤੇ ਕਈਆਂ ਨੇ ਹਿੰਦੂ ਸਮਾਜ ਦੇ ਲੋਕਾਂ ਨੇ ਆਪਣੀਆਂ ਆਰਗੇਨਾਈਜੇਸ਼ਨਾਂ ਬਣਾਈਆਂ ਨੇ ਗਨਮੈਨ ਲੈਣ ਲਈ ਖਾਲਿਸਤਾਨ ਦਾ ਹੂਆ ਭਰ ਲਈ ਇਹ بڑے ਡਰਾਮੇ ਨੇ ਪੂਰਾ ਹਿੰਦੁਸਤਾਨ ਦੇਖਦੇ ਆ ਗੱਲ ਇਹ ਹੈ ਕਈਆਂ ਨੂੰ ਰੋਜ਼ ਪਬਲਿਸਿਟੀ ਕਈਆਂ ਨੂੰ ਰੋਜ਼ ਫੋਟੋ ਚਾਹੀਦੀ ਹੈ ਅੱਜ ਫੋਟੋ ਪੋਲਿਟਿਕਸ মিডিਆ ਪੋਲਿਟਿਕਸ ਦਾ ਜ਼ਮਾਨਾ ਹੈ ਪੰਜਾਬ ਦਾ ਕੀ ਹੋਇਆ ਇਹਨੇ ਸ ਉਸ ਵੇਲੇ ਦੇ ਸਾਡੇ ਰਾਜਨੀਤਿਕ ਲੋਕਾਂ ਦੀਆਂ ਗਲਤੀਆਂ ਦੇ ਨਾਲ ਜਿਹੜਾ ਸਾਡਾ ਪੰਜਾਬ ਦੀ ਜਨਰੇਸ਼ਨ ਪੰਜਾਬ ਤਬਾਹ ਹੋਇਆ ਅਸੀਂ ਉੱਠ ਸਕੇ ਅਸੀਂ ਨਹੀਂ ਉੱਠ ਸਕੇ ਪੌਣੇ 2 ਕਰੋੜ ਸਾਡੀ ਕੌਮ ਰਹਿ ਗਈ ਸਾਨੂੰ ਨਹੀਂ ਪਤਾ ਸੀ ਅਸੀਂ ਪੌਣੇ 2 ਕਰੋੜ ਔਰ ਅਸੀਂ ਤਾਂ ਪਿੱਛੇ ਟੈਲੀਵਿਜ਼ਨ ਸੁਣਿਆ ਹੌਕਾ ਲੱਗਦਾ ਉਹ ਵੀ ਅਸੀਂ ਇੱਕ ਦੂਜੇ ਨਾਲ ਲੜੀ ਫਿਰਦੇ ਨੇ ਉਹ ਵੀ ਇੱਕ ਦੂਜੇ ਨਾਲ ਲੜਾਈ ਫਿਰਦੇ ਆ ਬਾਹਰ ਖਾਲਸਾਪਨ ਦੀਆਂ ਗੱਲਾਂ ਕਰਨ ਵਾਲੇ ਕੋਈ ਕਿਤੇ ਪੰਜਾਬ ਚ ਆ ਕੇ ਉਹ ਪਹਿਲਾਂ ਪੰਜਾਬ ਬਣਾ ਦਿਓ ਮੰਨਿਆ ਕਿ ਸਾਡੇ ਅਸੀਂ ਤਾਂ ਬੱਚੇ ਸੀ ਸਾਡੇ ਰਾਜਨੀਤਿਕ ਲੋਕਾਂ ਦੀਆਂ ਗਲਤੀਆਂ ਨਾਲ ਪੰਜਾਬ ਬਰਬਾਦ ਹੋਇਆ ਹੈ ਬੇਗੁਨਾਹ ਹਲਾਕਤਲੇਆਮ ਹੋਇਆ ਹੈ ਇਹ ਰਾਜਨੀਤਿਕ ਤੁਸੀਂ ਗਲਤੀਆਂ ਦੀ ਗੱਲ ਕੀਤੀ ਇਹ ਰਾਜਨੀਤਿਕ ਗਲਤੀਆਂ ਦਾ ਕਦੇ ਹਿਸਾਬ ਕਿਤਾਬ ਨਹੀਂ ਲਗਿਆ ਕਦੇ ਕਿਸੇ ਨੇ ਇਹ ਨਹੀਂ ਸਮਝਿਆ ਵੀ 1984 1980 ਦੇ ਦਹਾਕੇ ਦੇ ਵਿੱਚ 1990 92 ਤੱਕ ਤੁਸੀਂ ਵੀ ਵਜ਼ਾਰਤਾਂ ਉਸ ਵਕਤ ਰਹੇ ਹੋ ਵਜ਼ਾਰਤਾਂ ਦੇ ਵਿੱਚ ਮੁੱਖ ਮੰਤਰੀ ਬਿਆਨ ਸਿੰਘ ਹੁੰਦੇ ਸੀ ਤੁਸੀਂ ਉਹਨਾਂ ਦੇ ਕੈਬਨਿਟ ਦੇ ਵਿੱਚ ਬਹੁਤ ਸ਼ਕਤੀਸ਼ਾਲੀ ਤਰੀਕੇ ਨਾਲ ਉਪਰੇ ਸੀ ਨਰਸੀਮਾ ਰਾਓ ਉਹਨਾਂ ਦੇ ਨਾਲ ਤੁਸੀਂ ਕੰਮ ਕੀਤਾ ਹੈਗਾ ਲੇਕਿਨ ਕਿਉਂਕਿ ਉਸ ਖੂਨੀ ਸਾਕੇ ਦਾ ਉਸ ਸੰਤਾਪ ਦਾ ਕਦੇ ਹਿਸਾਬ ਕਿਤਾਬ ਨਹੀਂ ਹੋਇਆ ਤੇ ਜਦੋਂ ਹਿਸਾਬ ਕਿਤਾਬ ਨਹੀਂ ਹੋਇਆ ਫਿਰ 25 30 34 ਸਾਲਾਂ ਬਾਅਦ ਇਸ ਕਿਸਮ ਦਾ ਪ੍ਰੋਪਾਗੈਂਡਾ ਤਾਂ ਫਿਰ ਹੋਏ ਵੀ ਹੋਏ ਇਹ ਪ੍ਰੋਪਾਗੈਂਡਾ ਦੇਖੋ ਸੋਸ਼ਲ ਮੀਡੀਆ ਦਾ ਯੋਗ ਹੈ ਇਹ ਤੁਰਾਸੀ ਦੇ ਦੰਗੇ ਤਾਂ ਬਾਤ ਹੀ ਗੱਲ ਬਲੂ ਸਟਾਰ ਆਪਰੇਸ਼ਨ ਬਾਤ ਹੀ ਗੱਲ ਪਰ ਅਗ ਲਾਈ ਕਿਨੇ ਅੱਗ ਤਾਂ ਲੱਗੀ ਨਾ ਅੱਗ ਤਾਂ ਅਸੀਂ ਪੋਲੀਟਿਸ਼ੀਨਾਂ ਨੇ ਲਾਈ ਨਾ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਦੀ ਲੜਾਈ ਸੀ ਨਾ ਅਸੀਂ ਤਾਂ ਚਾਹੁੰਦੇ ਸੀ ਵੀ ਉੱਥੇ ਸਦਾ ਅੰਦਰ ਵੜਦੀਏ ਕੋਈ ਆਪਣਾ ਬੰਦਾ ਤੇ ਸਦਾ ਰਾਜ ਕਰੀਏ ਆਪਾਂ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਇੱਕ ਇੱਕ ਚੀਜ਼ ਆਪਣੀਆਂ ਅੱਖਾਂ ਦੇ ਨਾਲ ਜਰੂਰ ਰਮਾਲ ਬੰਨਦੇ ਸੀ ਤੇ ਫਿਰ ਤੇ ਇੱਕ ਇੱਕ ਚੀਜ਼ ਦੇਖੀ ਹੈ ਕਿੱਥੇ ਅੱਗ ਚਲੀ ਗਈ ਹਰ ਚੀਜ਼ ਦਾ ਜ਼ਿੰਮੇਦਾਰ ਪੋਲਿਟੀਸ਼ਨ ਹੈ ਅਸੀਂ ਇਹਦੇ ਜ਼ਿੰਮੇਦਾਰਾਂ ਸਾਰੇ ਪੋਲਿਟੀਸ਼ਨ ਇਹ ਕਹਦਾ ਨਾ ਇਹ ਬਹੁਤ ਸੌਖਾ ਹੈ ਸਾਰੇ ਜ਼ਿੰਮੇਵਾਰ ਨੇ ਅਸੀਂ ਜ਼ਿੰਮੇਵਾਰ ਇਟ ਮੀਨ ਕੋਈ ਜ਼ਿੰਮੇਵਾਰ ਨਹੀਂ ਜਦੋਂ ਅਸੀਂ ਜ਼ਿੰਮੇਵਾਰੀ ਨੂੰ ਐਡਾ ਜਨਰਲਾਈਜ਼ ਕਰ ਦਾਂਗੇ ਸਾਰੇ ਜ਼ਿੰਮੇਵਾਰ ਹੈ ਸਾਰੀ ਸਿਆਸਤ ਸਿਆਸਤਦਾਨ ਸਾਰੀ ਸਿਆਸੀ ਕੌਮ ਜ਼ਿੰਮੇਵਾਰ ਹੈ ਤਾਂ ਇਟ ਮੀਨ ਕੋਈ ਜ਼ਿੰਮੇਵਾਰ ਨਹੀਂ ਅਲਟੀਮੇਟਲੀ ਤਾਂ ਰੌਲਾ ਹੀ ਪੈ ਰਿਹਾ ਹੈ ਨਾ ਵੀ ਜ਼ਿੰਮੇਵਾਰੀ ਕਿਸ ਦੀ ਤੈਅ ਹੋਈ ਅੱਜ ਤੱਕ 35 34 ਸਾਲ ਬਾਅਦ ਕਿਸ ਦੀ ਜ਼ਿੰਮੇਵਾਰੀ ਲੈਣਾ ਹੋਵੇ ਉਸ ਵੇਲੇ ਇਹ ਜਿਹੜੀ ਗੱਲ ਆਪਾਂ ਕਰ ਰਹੇ ਆਂ ਉਦੋਂ ਆਪਾਂ ਬੱਚੇ ਤੇ ਜਾ ਕੇ ਹੁਣ ਇਤਿਹਾਸ ਦੇ ਖੂਨੀ ਪੰਨਿਆਂ ਨੂੰ ਖੋਲਿਆ ਵੀ ਇਹ ਸਾਡੇ ਲੋਕਾਂ ਦੀਆਂ ਗਲਤੀਆਂ ਨਾਲ ਇੰਨੀ ਬਰਬਾਦੀ ਹੋਈ 84 ਦੇ ਦੰਗੇ ਹੋਏ ਕਿਉਂ 84 ਦੇ ਦੰਗੇ ਹੋਏ ਕਿਉਂ 84 ਦੇ ਦੰਗੇ ਹੋਏ ਕਿਉਂ ਪੁਲਿਸਟਾਰ ਆਪਰੇਸ਼ਨ ਹੋਇਆ ਕਿੰਨੇ ਅੰਦਰ ਭਿੰਡਰਾਂ ਵਾਲੇ ਨੂੰ ਵੜਿਆ ਕਿਉਂ ਵੜਿਆ ਅੰਦਰ ਅੰਦਰ ਫਿਰ ਅਸੀਂ ਗੁਰਦੁਆਰਾ ਸਾਹਿਬ ਨੂੰ ਢਾਲ ਕਿਉਂ ਬਣਾਇਆ ਗੁਰੂ ਰਾਮਦਾਸ ਜੀ ਮਹਾਰਾਜ ਦੇ ਤਪਾਂ ਜਪਾਣਾ ਸੱਜਿਆ ਹੋਇਆ ਗੁਰਦੁਆਰਾ ਸਾਹਿਬ ਹਰਗੋਬਿੰਦ ਦਾ ਕਿਲਾ ਕਿਉਂ ਸਜਾਇਆ ਗਿਆ ਸੀ ਜੰਗ ਲੜਨੀ ਤੇ ਉੱਥੇ ਲੜੇਗੀ ਅਸੀਂ ਗੁਰਦੁਆਰਾ ਸਾਹਿਬ ਨੂੰ ਢਾਲ ਬਣਾ ਲਿਆ ਮੈਂ ਇੱਕ ਗੱਲ ਅੱਜ ਕਹਿਣਾ ਚਾਹਣਾ ਲੱਕੀ ਜੀ ਮੈਂ ਹੈ ਤਾਂ ਪਾਪੀ ਸਿੱਖ ਮੈਂ ਗੁਨਾਹਗਾਰ ਸਿੱਖ ਹਾਂ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਕਦੀ ਪਵਿੱਤਰ ਨਹੀਂ ਹੋ ਸਕਦਾ ਪਰ ਹਾਂ ਸਿੱਖ ਮੈਂ ਲੁੱਟਾ ਸੌਦਾ ਦੇ ਖਿਲਾਫ ਲੜਾਈ ਅੱਜ 7-8 ਸਾਲ ਤੋਂ ਸ਼ੁਰੂ ਕੀਤੀ ਆਖਿਰ ਦਮ ਤੱਕ ਉਸਕੋ ਜੇਲ੍ਹ ਦੇ ਵਿੱਚ ਠੋਕ ਕੇ ਫਿਰ ਸਾ ਲਿਆ ਇਹ ਤਾਂ ਬੰਬ ਗੋਲੀਆਂ ਚਲਾਉਂਦੇ ਰਹੇ ਠੋਕ ਕੇ ਸਾ ਲਿਆ ਜਦੋਂ ਹੁਣ ਅੰਦਰ ਹੋਇਆ ਕਿੱਥੇ ਸੀ ਇਹ ਸੰਗਠਨ ਖਾਲਿਸਤਾਨ ਦੀਆਂ ਉੱਥੇ ਗੱਲਾਂ ਕਰਨ ਵਾਲੇ ਉਹਨਾਂਾਰੇ ਕਿੱਥੇ ਸੀ ਕਿੱਥੇ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਵੋਟ ਦੀ ਖਾਤਰ ਘਰ ਬੈਠੀਆਂ ਕੱਲਾ ਲੜਿਆ ਗੁਰੂ ਮਹਾਰਾਜ ਦੀ ਕਿਰਪਾ ਨੇ ਇਸ ਵਾਸਤੇ ਤੁਸੀਂ ਲੜੇ ਗੁਰੂ ਮਹਾਰਾਜ ਨੇ ਤਾਂ ਕਿਰਪਾ ਦਿੱਤੀ ਲੇਕਿਨ ਵੱਡਾ ਸਵਾਲ ਸੀ ਵੀ ਤੁਸੀਂ ਕਿਉਂਕਿ ਵੋਟ ਬੈਂਕ ਦੀ ਸਿਆਸਤ ਛੱਡ ਚੁੱਕੇ ਹੋ ਤੁਸੀਂ ਪੋਲੀਟੀਕਲ ਇਲੈਕਟਰਲ ਪੋਲੀਟਿਕਸ ਤੋਂ ਬਾਹਰ ਹੋ ਤੁਹਾਨੂੰ ਮਜਬੂਰੀਆਂ ਸਮਝ ਨਹੀਂ ਆਉਂਦੀਆਂ ਜੋ ਕਿ ਅੱਜ ਅਕਾਲੀਆਂ ਨੂੰ ਵੀ ਦਿਸਦੀਆਂ ਨੇ ਕਾਂਗਰਸੀਆਂ ਨੂੰ ਵੀ ਦਿਸਦੀਆਂ ਨੇ ਤੇ ਆਮ ਆਦਮੀ ਪਾਰਟੀ ਨੂੰ ਵੀ ਦਿਸਦੀਆਂ ਨੇ ਇਹਨਾਂ ਨੇ ਵੋਟਾਂ ਲੈਣੀਆਂ ਸੀਗੀਆਂ ਇਹਨਾਂ ਨੇ ਦੇਰਾ ਸੱਚਾ ਸੌਦਾ ਦੀ ਮਦਦ ਲੈਣੀ ਸੀ ਕਿਉਂਕਿ ਤੁਸੀਂ ਉਸੇ ਛੱਡ ਚੁੱਕੇ ਹੋ ਨਹੀਂ ਨਹੀਂ ਤੁਸੀਂ ਉਸੇ ਤੋਂ ਬਾਹਰ ਹੋ ਤੁਹਾਡੇ ਲਈ ਸਟੇਕਸ ਹੀ ਨਹੀਂ ਹੈਗੇ ਤੁਸੀਂ ਅੱਜ ਕਹਿ ਸਕਦੇ ਵੀ ਮੈਂ ਦੁੱਧ ਦਾ ਤੋਲਿਆ ਨਹੀਂ ਤੁਸੀਂ ਦੁੱਧ ਦੇ ਤੋਲੇਸ ਵਾਸਤੇ ਹੋ ਕਿਉਂਕਿ ਤੁਸੀਂ ਉਸ ਗੇਮ 'ਚ ਹੀ ਨਹੀਂ ਸੀ ਨਹੀਂ ਮੈਂ ਤੁਹਾਨੂੰ ਦੱਸਣਾ ਜੇ ਤੁਸੀਂ ਸਿਆਸਤ ਚੁੰਮਦੇ ਤੁਸੀਂ ਵੀ ਕਰਦੇ ਹੋ ਥੋੜੇ ਮੈਂ ਤੁਹਾਡੇ ਚੈਨਲ ਤੇ ਆਂਦਾ ਸੀ ਉਸ ਵੇਲੇ ਮੈਂ ਪੋਲਿਟਿਕਸ ਐਕਟਿਵ ਸੀ ਪਰ ਜਦੋਂ ਮੈਂ ਇੱਕ ਝਿਲਮਿਲ ਟਾਬੇ ਅਖਬਾਰ ਪੜ੍ਹਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਣਾ ਪਾ ਕੇ ਔਰ ਅਮਰਤ ਛਕਾਰੇ ਉਹ ਦਿਨ ਸੋਚ ਲਿਆ ਨਰੰਗ ਕਾਰੀਆਂ ਦਾ ਵਕਤ ਆਸੀਂ ਛੋਟੇ ਸੀ ਇਹ ਨਵਾਂ ਇੱਕ ਅਤਵਾਦੀ ਸ਼ੁਰੂਆਤ ਹੋਈ ਹੈ ਏਜੰਸੀਆਂ ਵੱਲੋਂ ਲੜਾਂਗੇ ਔਰ ਸਭ ਤੋਂ ਪਹਿਲੇ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਪੰਜਾਬ ਦੇ ਅਸੀਂ ਹਾਲਾਤ ਨਹੀਂ ਖਰਾਬ ਹੁੰਦੇਗੇ ਉਹ ਨਿਕਲ ਗਏ ਹੁਣ ਅਸੀਂ ਪੰਜਾਬ 'ਚ ਨਹੀਂ ਹੋਣਦਿਆਂਗੇ ਮੈਨੂੰ ਕਈ ਐਮਐਲਏ ਕਈ ਐਮਪੀ ਦੇ ਫੋਨ ਆਏ ਕਾਂਗਰਸ ਦੇ ਲੀਡਰਾਂ ਦੇ ਫੋਨ ਆਏ ਅਰੇ ਸਾਡਾ ਵੋਟ ਬੈਂਕਾ ਮੈਨੂੰ ਸੀ ਪਤਾ ਫੋਟ ਬੈਂਕ ਮੈਂ ਕਿਹਾ ਤੁਹਾਡਾ ਵੋਟ ਬੈਂਕ ਹੋਇਆ ਬਿੱਟੇ ਦੀ ਰਾਜਨੀਤੀ ਸਮਾਪਤ ਹੁਣ ਪੰਜਾਬ ਚ ਅੱਗ ਨਹੀਂ ਲਗਣਦਿਆਂਗੇ ਸਾਡੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਜਨ ਅਪਮਾਨ ਕੀਤਾ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਲੜਾਈ ਲੜੀ ਉਹ ਚ ਕਾਮਯਾਬੀ ਲਈ ਦੂਜੀ ਗੱਲ ਕਹਿਣੀ ਚਾਹੁੰਨਾ ਗੱਲ ਰੁਕ ਗਈ 2 ਮਿੰਟ ਗੱਲ ਕਹਿਣਾ ਚਾਹਾਂਗਾ ਫਰਜ਼ ਕਰੋ ਮੈਂ ਭਿੰਡਰਾਂ ਵਾਲੀ ਦੀ ਜਗ੍ਹਾ ਤੇ ਹਰਮੰਦਰ ਸਾਹਿਬ ਦੇ ਅੰਦਰ ਹੁੰਦਾ ਸੋਚ ਲਓ ਹੈ ਤਾਂ ਮੈਂ ਗੁਨਾਹਗਰ ਪਾਪੀ ਸਿੱਖ ਫੌਜ ਬਾਹਰ ਆਉਂਦੀ ਕਹਿੰਦੇ ਬਾਹਰ ਆਜੋ ਜਾਂ ਗੋਲੀਆਂ ਚਲਾਵਾਂਗੇ ਥੋਪਾ ਚਲਾਵਾਂਗੇ ਥੋਪਾਂ ਤੇ ਗੋਲੀਆਂ ਕਿੱਥੇ ਚਲਦੀਆਂ ਹਰ ਮੰਦਰ ਸਾਹਿਬ ਪਵਿੱਤਰ ਜਗ੍ਹਾ ਦੇ ਉੱਤੇ ਗੋਲੀਆਂ ਚੱਲਦੀਆਂ ਤਪਾ ਜਪਾਣਾ ਸਜਿਆ ਹੋਇਆ ਅਸੀਂ ਤਾਂ ਅਸੀਂ ਤਾਂ ਕੁਝ ਵੀ ਨਹੀਂ ਅਸੀਂ ਇਨਸਾਨ ਕੁਝ ਵੀ ਨਹੀਂ ਅਸੀਂ ਆਪਣੇ ਸਰੀਰਾਂ ਨੂੰ ਬਚਾਉਣ ਲਈ ਅਸੀਂ ਬਾਹਰ ਗਏ ਨਹੀਂ ਮੈਂ ਅਗਰ ਹੁੰਦਾ ਮੈਂ ਕਹਿੰਦਾ ਮਾਰੋ ਗੋਲੀਆਂ ਸੀਨੇ ਦੇ ਕਿੰਨੀਆਂ ਸਰੀਰ ਦੀ ਨਸ ਵੀ ਨਾ ਬੱਚੇ ਪਰ ਗੁਰਦੁਆਰਾ ਸਾਹਿਬ ਪਵਿੱਤਰ ਜਗ੍ਹਾ ਨੂੰ ਤਾਪਾ ਜਪਾਣਾ ਸਰਜੀ ਹੋਈ ਇੱਕ ਗੋੜੀ ਨਾਲ ਲੱਗੇ ਆਂਚ ਨਾ ਆਵੇ ਅਸੀਂ ਢਾਲ ਤੇ ਕਵਚ ਨਾ ਬਣਾਉਂਦੇ ਅਸੀਂ ਤਾਂ ਢਾਲ ਤੇ ਕਵਚ ਬਣਾ ਕੇ ਆਪਣੇ ਆਪ ਨੂੰ ਬਚਾਰਿਆ ਜੇ ਕੜਵੀ ਸਚਾਈ ਇਹੀ ਹੈ ਇਹ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਪਰ ਅਸੀਂ ਉਹਨਾਂ ਪੁਰਾਣੇ ਚਰਚਾ ਨੂੰ ਲਿਆਉਣਾ ਨਹੀਂ ਚਾਹੁੰਦੇ ਅਸੀਂ ਅਮਨ ਸ਼ਾਂਤੀ ਚਾਹੁੰਦੇ ਹਾਂ ਅੱਜ ਉਹੀ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਪੋਸਟਰ ਗੱਡੀਆਂ ਤੇ ਲੱਗ ਰਹੇ ਨੇ ਇੱਕ ਐਕਸੈਪਟੇਬਿਲਟੀ ਬਣ ਰਹੀ ਹੈ ਅਕਾਲ ਤਖਤ ਸਾਹਿਬ ਐਸਜੀਪੀਸੀ ਵੱਲੋਂ ਉਹਨਾਂ ਨੂੰ ਸ਼ਹੀਦ ਸੰਤ ਐਲਾਨਿਆ ਗਿਆ ਹੈਗਾ ਮੈਂ ਸਮਝਣਾ ਇਹੀ ਚਾਹਨਾ ਵੀ 35 ਸਾਲ ਦਾ ਵਖਵਾ ਨਿਕਲਣ ਤੋਂ ਬਾਅਦ 1984 ਬਲੂ ਸਟਾਰ ਜਾਂ ਉਸ ਤੋਂ ਪਹਿਲਾਂ ਦੇ ਘਟਨਾ ਕਰਨ ਤੋਂ ਬਾਅਦ ਅੱਜ ਪਰਸੈਪਸ਼ਨਸ ਬਦਲ ਚੁੱਕੀਆਂ ਨੇ ਅੱਜ ਦਾ ਜਿਹੜਾ ਯੂਥ ਹੈ ਪੰਜਾਬ ਦਾ ਯੂਥ ਹੈ ਜਿਹੜਾ ਸਿੱਖ ਯੂਥ ਹੈ ਪੰਜਾਬੀ ਯੂਥ ਹੈ ਉਹਦੇ ਮਨ ਦੇ ਵਿੱਚ ਇੱਕ ਤਾਂ 84 ਬਲੂ ਸਟਾਰ 1984 ਦੇ ਦੰਗਿਆਂ ਦਾ ਇਨਸਾਫ ਨਾ ਹੋਣਾ ਇੱਕ ਤਾਂ ਜ਼ਖਮ ਇਹ ਹੈਗਾ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਰੋਲ ਮਾਡਲ ਹੈਗੇ ਨੇ ਉਹਨਾਂ ਦੀ ਜਿਹੜੀ ਚਰਚਾ ਸੋਸ਼ਲ ਮੀਡੀਆ ਤੇ ਜ਼ਿਕਰ ਕੀਤਾ ਉਹ ਸੰਤ ਚਰਨ ਸਿੰਘ ਪਿੰਡਰਾ ਵਾਲੇ ਵਰਗੇ ਲੋਕਾਂ ਦੀ ਹੈਗੀ ਉਸ ਹਾਲਾਤ ਦੇ ਵਿੱਚ ਥੋੜਾ ਥੋੜਾ ਵੀਊ ਕਿੱਥੇ ਖੜਦਾ ਹੈ ਥੋੜੀ ਥੋੜੀ ਪਾਰਟੀ ਨਹੀਂ ਜ਼ਿਆਦਾ ਬੋਲੇ ਇਸੇ 15 ਸਾਲ ਤੋਂ ਕਾਂਗਰਸ ਪਾਰਟੀ ਵੱਲੋਂ ਤਾਂ ਕੋਈ ਬਿਆਨਬਾਜ਼ੀ ਕੀਤੀ ਨਹੀਂ ਇਸ ਕਿਸੇ ਮੁੱਦੇ ਤੇ ਮੇਰਾ ਮੇਰਾ ਵੀਊ ਬਿਲਕੁਲ ਪਹਿਲਾਂ ਵੀ ਸਿੱਧਾ ਸੀ ਹੁਣ ਵੀ ਸਿੱਧਾ ਬੋਨਸ ਦੀ ਜ਼ਿੰਦਗੀ ਫਿਰ ਬੰਬ ਚਲਾਣਾ ਚਲਾਵਾਂਗੇ 100 ਵਾਰੀ ਖਾਵਾਂਗੇ ਪਰ ਕੌਮ ਦੇ ਉੱਤੇ ਆਂਚ ਨਹੀਂ ਆਉਂਦੀ ਕਿ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ 36000 ਬੇਗੁਨਾਹਾਂ ਦੇ ਬਥਰਾ ਚੋ ਟ੍ਰੇਨਾ ਚੋ ਦੁਕਾਨਾਂ ਤੋਂ ਕੱਢ ਕੱਢ ਮਾਰਦੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਉਹਨਾਂ ਦਾ ਆਪਾਂ ਬਲੂ ਸਟਾਰ ਆਪਰੇਸ਼ਨ ਦਾ ਤਾਂ ਜ਼ਿੰਮੇਵਾਰ ਠਰਾਉਨੇ ਆ ਕਿ ਰਾਜਨੀਤਿਕ ਲੋਕਾਂ ਦੀਆਂ ਗਲਤੀਆਂ ਸਨ ਪਰ ਗਿਆ ਕੌਣ ਢਾਲ ਕਿੰਨੇ ਬਣਾਇਆ ਗੁਰੂ ਰਾਮਦਾਸ ਦੀ ਪਵਿੱਤਰ ਨਗਰੀ ਦੇ ਉੱਤੇ ਆਪਾਂ ਆਪਣਾ ਗੁਰਦੁਆਰਾ ਸਾਹਿਬ ਬਣਾਉਨੇ ਕੁਝ ਨਹੀਂ ਹੋ ਸਕਦਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਾਰ ਜਿਹੜੇ ਪਵਿੱਤਰ ਸਥਾਨ ਨੇ ਉਹਨਾਂ ਨਾਲ ਆਪਾਂ ਛੇੜਛਾੜ ਕਰਦੇ ਆ ਉਹਨਾਂ ਦਾ ਅਪਮਾਨ ਕਰਦੇ ਆ ਉਹਨਾਂ ਨੂੰ ਅਸੀਂ ਭੁੱਲਦੇ ਜਾ ਰਹੇ ਆ ਬਾਬਾ ਦੀਪ ਸਿੰਘ ਜੀ ਨੂੰ ਭੁੱਲਦੇ ਜਾ ਰਹੇ ਆ ਗੁਰੂ ਮਹਾਰਾਜ ਨੂੰ ਭੁੱਲਦੇ ਜਾ ਰਹੇ ਆ ਆਪਾਂ ਕਿਹੜੇ ਰਸਤੇ ਤੇ ਚੱਲ ਪਏ ਮੈਂ ਨਹੀਂ ਕਿਸੇ ਨੂੰ ਕੁਝ ਕਹਿਣਾ ਚਾਹੁੰਦਾ ਮੈਂ ਨਵੀਂ ਕੰਟਰੋਵਰਸੀ ਖੜੀ ਨਹੀਂ ਕਰਨਾ ਚਾਹੁੰਦਾ ਪਰ ਇਤਿਹਾਸ ਦੇ ਪੰਨਿਆਂ ਨੂੰ ਖੋਲ ਕੇ ਦੇਖੋ ਅਗਰ ਸੱਚਾ ਸਿੱਖ ਕੋਈ ਹੁੰਦਾ ਕਹਿੰਦਾ ਆਇਆ ਜੇ ਬਾਹਰ ਮੈਂ ਸ਼ੇਰ ਕਹਿੰਦਾ ਮਾਰੋ ਕਿੰਨੀਆਂ ਗੋਲੀਆਂ ਮਾਰੀਆਂ ਪਰ ਹਰਿਮੰਦਰ ਸਾਹਿਬ ਦੇ ਪਵਿੱਤਰਤਾ ਨੂੰ ਇੱਕ ਆਂਚ ਨਾਵੇ ਇੱਕ ਇੱਕ ਗੋਲੀ ਨਾ ਲੱਗੇ ਕ ਕੰਕਰ ਨਾ ਲੱਗੇ ਅਸੀਂ ਤਾਂ ਆਪਣੇ ਸਰੀਰਾਂ ਨੂੰ ਢਾਲਾਂ ਬਣਾਉਂਦੇ ਹੋਏ ਤੇ ਜਿਨ੍ਹਾਂ ਨੇ ਬੰਬ ਚਲਾਏ ਗੋਲੀਆਂ ਚਲਾਈਆਂ ਭਾਰਤੀ ਫੌਜ ਇੰਡੀਅਨ ਆਰਮੀ ਉਹਦਾ ਬਾਰੇ ਤੁਸੀਂ ਇੰਨਾ ਇੰਨਾ ਜੋਸ਼ ਨਾਲ ਨਹੀਂ ਬੋਲਦੇ ਹੋ ਤੁਸੀਂ ਨਹੀਂ ਇਹਦਾ ਸਵਾਲ ਹੈ ਨਾ ਤੁਸੀਂ ਇੱਕ ਪਾਸੇ ਕਹਿੰਦੇ ਹੋ ਵੀ ਮੈਂ ਸਿੱਖ ਵੀ ਹਾਂ ਤੇ ਸਿੱਖ ਵੀ ਹੋ ਤਾਂ ਜਿਹੜੀ ਇੰਡੀਅਨ ਆਰਮੀ ਨੇ ਹਮਲਾ ਕੀਤਾ ਸੀ ਉਹਦੇ ਉੱਤੇ ਦੀ ਵੀ ਗੱਲ ਉਹਨੇ ਉਹਨੇ ਜਜ਼ਬਾਤ ਨਾਲ ਬੋਲੋ ਨਾ ਕਰ ਮੈਨੂੰ ਇੱਕ ਗੱਲ ਸੁਣੋ ਜਿਹੜਾ ਮਲਬਾ ਸੀ ਬਾਹਰ ਕਾਰ ਸੇਵਾ ਦਾ ਮਲਬਾ ਨਹੀਂ ਪਵਿੱਤਰ ਸਾਡੀ ਮਿੱਟੀ ਸੀ ਪਵਿੱਤਰ ਮਿੱਟੀ ਉਹਨੂੰ ਕੀ ਕਹਿ ਸਕਦੇ ਜੋ ਵੱਤ ਵੱਤ ਸੋਨਾ ਸੀ ਸਾਡੇ ਲਈ ਉਹ ਪਵਿੱਤਰ ਹਮੇਸ਼ਾ ਉੱਥੇ ਪਾਠ ਹੁੰਦਾ ਜਿਹੜਾ ਬਾਹਰ ਆਇਆ ਸੀ ਉੱਥੇ ਮਲਬੇ ਦੇ ਵਿੱਚ ਲਾਸ਼ਾਂ ਕੌਣ ਸੁੱਟਦਾ ਸੀ ਇਹ ਪਵਿੱਤਰ ਨਗਰੀ ਜਿਹੜੀ ਜੀ ਪਵਿੱਤਰ ਜਗ੍ਹਾ ਨੂੰ ਅਪਮਾਨ ਕੌਣ ਕਰਦਾ ਸੀ ਜੇ ਲੜਾਈ ਲੜਨੀ ਸੀ ਜੰਗ ਕਿਸੇ ਨੇ ਲੜਨੀ ਸੀ ਗੋਬਿੰਦਗੜ੍ਹ ਦੇ ਕਿਲੇ ਦੇ ਵਿੱਚ ਚਲੇ ਜਾਂਦੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਸਜਾਇਆ ਸੀ ਇਹ ਕੋਈ ਫੌਜ ਦਾ ਸਥਾਨ ਨਹੀਂ ਸੀ ਇਹ ਪਵਿੱਤਰ ਨਗਰੀ ਸੀ ਇਹ ਏਕੇ 47 ਬਾਰੂਦ ਦਾ ਨਿਸ਼ਾਨ ਨਹੀਂ ਸੀ ਇੱਥੋਂ ਹੁਕਮ ਨਹੀਂ ਜਾਰੀ ਹੋਇਆ ਕਰਦੇ ਸੀ ਕਿ ਫਲਾਣੀ ਜਾ ਕੇ ਤੇ ਫਲਾਣੇ ਨੂੰ ਮਾਰ ਦਿਓ ਆਪਾਂ ਤਾਂ ਹੁਕਮ ਜਾਰੀ ਕਰਦੇ ਰੇ ਬੰਬੇ ਚ ਬਲਾਣੇ ਨੂੰ ਮਾਰ ਦਿਓ ਦਿੱਲੀ 'ਚ ਫਲਾਣੇ ਨੂੰ ਮਾਰਦੇ ਹੋ ਉੱਥੇ ਜਾ ਕੇ ਫਲਾਣੇ ਨੂੰ ਗੋਲੀ ਮਾਰਦੇ ਹੋ ਆਮ ਆਦਮੀ ਤਾਂ ਜਾਨੋਂ ਡਰਦਾ ਸੀ ਉਹਨੂੰ ਅਸੀਂ ਕੀ ਬਣਾਇਆ ਸੀ ਇਹਦੇ ਤੇ ਕੋਈ ਬਹਿਸ ਕਰਨ ਨੂੰ ਤਿਆਰ ਨਹੀਂ ਇੱਕ ਪਾਸੇ ਚੱਲਦੇ ਜਾ ਰਹੇ ਹਾਂ ਕੋਈ ਬਹਿਸ ਕਰਨ ਨੂੰ ਤਿਆਰ ਨਹੀਂ ਸਮਝਿਆ ਜਾਂਦਾ ਵੀ ਇਤਿਹਾਸ ਦੇ ਕਿਸੇ ਵੀ ਖੂਨੀ ਸਾਕੇ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਥੋੜਾ ਹੈਗਾ ਉਹ ਆਪਣੀ ਸੋਚ ਆਪਣੀ ਪਾਰਟੀ ਦੇ ਪ੍ਰਤੀ ਇੱਕ ਸੋਚ ਜਿਹੜੀ ਉਸ ਵਕਤ ਜਾਂ ਉਸ ਉਹ तमाम ਸਾਲਾਂ ਚ ਬਣੀ ਹੈ ਉਸ ਨਜ਼ਰੀਏ ਤੋਂ ਹੈ ਦੇਖੋ ਤੁਸੀਂ ਉਸ ਨੂੰ ਉਸ ਡਿਸਪੈਸ਼ਨੇਟਲੀ ਨਹੀਂ ਲੈ ਪਾ ਰਹੇ ਜਿਸ ਡਿਸਪੈਸ਼ਨੇਟਲੀ ਲੈ ਜਾਂਦੀ ਲੋੜ ਹੈਗੀ ਅੱਜ ਕਿਉਂਕਿ ਤੁਸੀਂ ਅੱਜ ਵੋਟ ਬੈਂਕ ਪੋਲਿਟਿਕਸ ਨਾਲ ਨਹੀਂ ਜੁੜੇ ਹੋ ਮੈਂ ਤਾਂ ਜ਼ਿੰਦਗੀ ਦਾ ਤੱਤ ਕੱਢ ਕੇ ਦੇਖ ਲਿਆ ਮੈਂ ਤਾਂ ਸੱਚ ਬੋਲਿਆ ਮੈਨੂੰ ਹੁਣ ਪਤਾ ਹੀ ਸਾਰੀਆਂ ਚੀਜ਼ਾਂ ਦਾ ਪੁਰਾਣੇ ਇਤਿਹਾਸਾਂ ਦੇ ਪੰਨਿਆਂ ਨੂੰ ਫੋਲਦੇ ਹਾਂ ਹੁਣ ਜਾ ਕੇ ਦੇਖਦੇ ਹਾਂ ਵੀ ਆਹ ਕੀ ਹੈ ਮੈਨੂੰ ਕੋਈ ਦੱਸੇ ਮਾ ਕਦੀ ਨਰਨਕਾਰੀਆਂ ਦੇ ਕੋਲ ਕਦੀ ਵੋਟ ਮੰਗਣ ਲਈ ਕਿਤੇ ਗਿਆ ਹੋਵਾਂ ਜਿੱਥੇ ਜਿੱਥੇ ਸਾਡਾ ਸਿੱਖ ਸਮਾਜ ਚਾਹੇ ਉਹ ਲੁੱਟਾ ਸੌਦਾ ਹੋਵੇ ਸਾਰੇ ਲੀਡਰ ਗਏ ਚਾਹੇ ਨਰਨਕਾਰੀ ਹੋਵੇ ਬਿੱਟੇ ਦਾ ਨਾਂ ਕਦੀ ਨਹੀਂ ਸੁਣੋਗੇ ਜਿਹੜੇ ਸਿੱਖ ਇਤਿਹਾਸਾਂ ਦੇ ਵਿੱਚ ਜਿੱਤੇ ਪ੍ਰਚਨਣ ਲੱਗਾ ਕਿ ਇਹਨਾਂ ਨੇ ਸਾਡੇ ਗੁਰੂ ਮਹਾਰਾਜ ਦਾ ਅਪਮਾਨ ਕੀਤਾ ਤਰਸਦੀ ਤਾਂ ਹੈ ਨਾ ਬਿੱਟਾ ਸਾਹਿਬ ਦਾ ਨਾਮ ਪੰਜਾਬ ਦੀ ਪੋਲਿਟਿਕਸ 'ਚ ਵੀ ਨਹੀਂ ਹੁਣ ਸੁਣਿਆ ਜਾਂਦਾ ਨਹੀਂ ਕੋਈ ਗੱਲ ਨਹੀਂ ਮੈਂ ਖੁਸ਼ ਹਾਂ ਮੈਂ ਖੁਸ਼ ਹਾਂ ਨਾ ਮੈਂ ਖੁਸ਼ ਹਾਂ ਲੇਕਿਨ ਤੁਸੀਂ ਤੁਹਾਨੂੰ ਰਹਿਣਾ ਚਾਹੀਦਾ ਕਿਉਂ ਕਿਉਂ ਨਹੀਂ ਰਹਿਣਾ ਚਾਹੀਦਾ ਤੁਸੀਂ ਤੁਸੀਂ ਜਨ ਤੱਕ ਯੂਰ ਪਬਲਿਕ ਫਿਗਰ ਦੇਖੋ ਜਨ ਤੱਕ ਲੋਕਾਂ ਦੇ ਸਰਕਾਰਾਂ ਨੂੰ ਇੱਕ ਪੋਲਿਟਿਕਸ ਨੂੰ ਚੰਗੇ ਰਾਹ ਤੇ ਤੋਰ ਸਕਦੇ ਸੀ ਜੇ ਐਨੇ ਜਜ਼ਬਾਤ ਲੈ ਕੇ ਤੁਸੀਂ ਮਨ ਚ ਬੈਠੇ ਹੋ ਇੱਥੇ ਬੜੇ ਬੜੇ ਆਏ ਇੱਥੇ ਬੜੇ ਬੜੇ ਚਲੇ ਜਾਣਗੇ ਸਿੱਖ ਪੋਲਿਟਿਕ ਉਹ ਜਿਹੜੀ ਪਹਿਲੀ ਪੋਲਿਟਿਕਸ ਸੀ ਉਹ ਪੋਲਿਟਿਕਸ ਕੋ ਪੋਲਿਟਿਕਸ ਸੀ ਪਰ ਜਦੋਂ ਦੀ ਪੋਲਿਟਿਕਸ ਗਿਆਨੀ ਜੈਲ ਸਿੰਘ ਦਰਬਾਰਾ ਸਿੰਘ ਦੀ ਪੋਲਿਟਿਕਸ ਆਪਸੀ ਲੜਾਈ ਅੱਜ ਪੰਜਾਬ ਸਾਡਾ ਤਬਾਹ ਹੋ ਚੁੱਕਾ ਇਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਵਾਂਗੇ ਇਦਾਂ ਅੱਗੇ ਲੈ ਕੇ ਜਾਵਾਂਗੇ ਅਮਰੀਕਾ ਤੋਂ ਨਾਰੇ ਮਾਰਨਗੇ ਖਾਲਸਾਣ ਲੰਡਨ ਤੋਂ ਮਾਰਨਗੇ ਖਾਲਸਾਣ ਅਸੀਂ ਉੱਥੇ ਨਾ ਜਵਾਬ ਦੇਾਂਗੇ ਯਾਰ ਪੌਣੇ 2 ਕਰੋੜ ਕਿੰਨੇ ਕੁ ਰਹਿ ਗਏ ਉਹ ਵੀ ਅਸੀਂ ਇੱਕ ਦੂਜੇ ਨਾਲ ਲੜੀ ਜਾਂਦੇ ਆ ਅਸੀਂ ਗੁਰੂ ਮਹਾਰਾਜ ਦੀ ਧਰਤੀ ਨੂੰ ਕਿਉਂ ਨਹੀਂ ਸਵਾਰਦੇ ਇਹ ਖਾਲਸਾਣ ਦੀਆਂ ਗੱਲਾਂ ਕਰਦੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਨਨਕਾਣਾ ਸਾਹਿਬ ਤਾਂ ਅਸੀਂ ਪਾਸਪੋਰਟ ਨਾਲ ਹੀ ਜਾਂਦੇ ਆ ਇੱਕ ਮੇਰੀ ਗੱਲ ਦਾ ਜਵਾਬ ਦੇ ਦੇਣ ਮੈਂ ਇਹਨਾਂ ਨਾਲ ਕੋਈ ਮੈਂ ਕੋ ਲੜਨਾ ਨਹੀਂ ਚਾਹੁੰਦਾ ਅਸੀਂ ਕਿੰਨੇ ਕੁ ਲੜਾਂਗੇ ਭਈ ਆਪਾਂ ਆਪਾਂ ਪੰਜਾਬ ਦਾ ਨੁਕਸਾਨ ਕਰਾਂਗੇ ਇੱਕ ਦੂਜੇ ਨੂੰ ਰੋਜ਼ ਮਾਰੇ ਚੰ ਅਸੀਂ ਮੰਗਲਾ ਸਾਹਿਬ ਰਕਾਬਗਨ ਸਾਹਿਬ ਪਟਨਾ ਸਾਹਿਬ ਨਦੀੜ ਸਾਹਿਬ ਲਖਪਾ ਸਾਹਿਬ ਗੁਰਦੁਆਰਾ ਸਾਹਿਬ ਦੀਆਂ ਗੁਜਰਾਤ ਦੇ ਵਿੱਚ ਬਾਰਡਰ ਤੇ ਖੜਾਵਾ ਉਹਨਾਂ ਦੀਆਂ ਪਵਿੱਤਰ ਪਈਆਂ ਨੇ ਅਸੀਂ ਉੱਥੇ ਪਾਸਪੋਰਟ ਨਾਲ ਹੀ ਜਾਵਾਂਗੇ ਇਹਨਾਂ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਹਿੰਦੁਸਤਾਨ ਸਾਡਾ ਹਿੰਦੁਸਤਾਨ ਇਹ ਪਗੜੀ ਪਾਪੀ ਸਿੱਖ ਦੀ ਵੀ ਇੱਕ ਪਗੜੀ ਪਹਿਚਾਣ ਹੈ ਜਿਹਿੰਦੁਸਤਾਨ ਦੇ ਕਿਸੇ ਕੋਨੇ ਦੇ ਵਿੱਚ ਜਾਣਾ ਉਹ ਕਹਿੰਦੇ ਗੁਰੂ ਮਹਾਰਾਜ ਸਿੱਖ ਆ ਗਿਆ ਭਾਵੇਂ ਅਸੀਂ ਪਾਪੀ ਆ ਪਰ ਹਿੰਦੁਸਤਾਨੀ ਇੱਕ ਭਾਰਤੀ ਕਹਿੰਦੇ ਹਿੰਦੁਸਤਾਨ ਸਾਡਾ ਪੰਜਾਬ ਕੀ ਕਲਾ ਪੰਜਾਬ ਤਾਂ ਸਾਡਾ ਹੈ ਹੀ ਹੈ ਹਿੰਦੁਸਤਾਨ ਸਾਡਾ ਅਸੀਂ ਇਹ ਕਿਉਂ ਨਹੀਂ ਕਹਿੰਦੇ ਗੁਰੂ ਤੇਗ ਬਹਾਦਰ ਬਹਾਦਰ ਮਹਾਰਾਜ ਕੀ ਕਹਿੰਦੇ ਸੀ ਹਿੰਦੂ ਦੀ ਚਾਦਰ ਦੇਖੋ ਮੈਂ ਇਤਿਹਾਸ ਨਹੀਂ ਇਹ ਨਾ ਜਾਣਦਾ ਜਿੰਨਾ ਕਿ ਮੈਨੂੰ ਪਤਾ ਹੈ ਮਹਾਪੁਰਖਾਂ ਦਾ ਹਿੰਦੂ ਦੀ ਚਾਦਰ ਹਿੰਦੁਸਤਾਨ ਸਾਡਾ ਅਸੀਂ ਪੰਜਾਬ ਦੀਆਂ ਗੱਲਾਂ ਕਰਦੇ ਪਾਉਨੇ 2 ਕਰੋੜ ਲੋਕੀ ਗੁਰਦੁਆਰਾ ਸਾਹਿਬ ਦੇਖੋ Hindu Muslim Sikh ईसाई ਪੀੜਾਂ ਲੱਗੀਆਂ ਪਈਆਂ ਸੰਗਤਾਂ ਦੀਆਂ ਲੜਣਾ ਲੱਗੀਆਂ ਪਈਆਂ ਪਹਿਲਾਂ ਹੁਸੀ ਅੱਜ ਦੇਖੋ ਮਾਨਤਾ ਕਿੰਨੀ ਵੱਧ ਗਈ ਅਸੀਂ ਹੋਰਾ ਪ੍ਰਚਾਰ ਕਰੀਏ ਅਸੀਂ ਗੁਰੂ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰੀਏ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬ ਜਰਿਆ ਦਾ ਇਤਿਹਾਸ ਨੂੰ ਯਾਦ ਕਰੀਏ ਅਸੀਂ ਕਿਹੜੇ ਕੰਮਾਂ 'ਚ ਪੈ ਗਏ ਅਸੀਂ ਇੱਕ ਦੂਜੇ ਨੂੰ ਕਰੀ ਜਾਂਦੇ ਆ ਹੁਣ ਇੱਥੇ ਆਪਣਾ ਥੋੜੀ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਇਸ ਕਿਸਮ ਦੀ ਗੱਲਬਾਤ ਸਾਹਮਣੇ ਨਹੀਂ ਆਂਦੀ ਹੈ ਅਸੀਂ ਦੇਖਿਆ ਬਹੁਤ ਸਾਰੇ ਲੀਡਰ ਬੋਲਦੇ ਨਹੀਂ ਹੈ ਹੁਣ ਐਮਪੀ ਰਵਨੀਤ ਸਿੰਘ ਮਿੱਟੂ ਨੇ ਕੋਈ ਗੱਲ ਕੀਤੀ ਕਿਉਂਕਿ ਉਹ ਬਿਆਨ ਸਿੰਘ ਦੇ ਪਰਿਵਾਰ ਤੋਂ ਹੈਗੇ ਨੇ ਉਹਨਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਐਦਾਂ ਇਹ ਧਮਕੀਆਂ ਦੇਣ ਵਾਲੇ ਨੂੰ ਦੱਸ ਦੇ ਜਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਦੇਨ ਇਹਨਾਂ ਤੱਕ ਕਿ ਇਹ ਸਾਡੇ ਤੇ ਅਸਰ ਨਹੀਂ ਤੁਸੀਂ ਉੱਥੇ 10 ਆਦਮੀ ਵੀ ਕੌਣ ਸਰ ਰੈਫਰੰਡਮ ਕੌਣ ਦੀਆਂ ਗੱਲਾਂ ਮੈਂ ਇਹਨਾਂ ਚੀਜ਼ਾਂ 'ਚ ਮੈਨੂੰ ਮੈਨੂੰ ਨੌਲੇਜ ਨਹੀਂ ਮੈਨੂੰ ਤਾਂ ਇਹ ਵੀ ਪੰਜਾਬ ਸਾਡਾ ਹਿੰਦੁਸਤਾਨ ਸਾਡਾ ਖਾਲਿਸਤਾਨ ਨਾ ਬਣਿਆ ਨਾ ਬਣੇਗਾ ਨਾ ਬਣਿਆ ਹੈ ਸਾਡੀਆਂ ਉਹ ਕਹਿੰਦੇ ਹਿੱਕ ਕੰਢੀ ਉੱਪਰ ਨੇ ਔਰ ਹਿੱਕ ਤੇ ਕੱਢਾਂਗੇ ਚਰਚਾ ਬੜੀ ਹੋਈ ਹੈ ਧਮਕੀ ਤੁਹੀਂ ਮੈਨੂੰ ਤੁਸੀਂ ਮੈਨੂੰ ਦੱਸੋ ਜੀ ਅਲੱਗ-ਅਲੱਗ ਆਰਗੇਨਾਈਜੇਸ਼ਨਾਂ ਲੋਕ ਬਣਾ ਲੈਣ ਕਿ ਅਸੀਂ ਦਿੱਲੀ ਪ੍ਰਦਰਸ਼ਨ ਨਹੀਂ ਕੀਤੇ ਵੱਡੇ-ਵੱਡੇ ਤਖਤੀਆਂ ਲੈ ਕੇ ਵੱਡੇ-ਵੱਡੇ ਝੰਡੇ ਲੈ ਕੇ ਮੀਡੀਆ ਨੂੰ ਕਹਿੰਦਾ ਜਰਾ ਖਿੱਚ ਪਿੱਛੇ 50 ਬੰਦੇ ਹੀ ਹੋਣ ਪਿੱਛੇ 50 ਅਸੀਂ ਕੀ ਪੋਲਿਟਿਕਸ ਨਹੀਂ ਕੀਤੀ ਅਸੀਂ ਗਏ ਸੀ ਗੁਰਦੁਆਰਾ ਉੱਥੇ ਆਪਣਾ ਪਾਕਿਸਤਾਨ ਦੇ ਬਾਰਡਰ ਤੇ 2.5 ਲੱਖ ਦੀ ਭੀੜ ਹਾਲਿਆਂ ਨੂੰ ਚਣੇ ਚਬਾ ਕੇ ਪਾਕਿਸਤਾਨ ਨੂੰ ਰੱਖ ਦਿੱਤੇ ਸੀ ਵੀ ਵੀ ਬੰਦੇ ਤੇ ਤਖਤੀਆਂ ਦਿਖਾਈ ਦਿੰਦੇ ਤੇ ਬੰਦੇ ਦਾ ਨਜ਼ਰ ਨਹੀਂ ਆਉਂਦੇ ਆਓ ਤੁਹਾਡੀ ਹਿੰਮਤ ਕਿੰਨੂ ਮਾਰਨਾ ਬਿੱਟੂ ਨੂੰ ਕੈਪਟਨ ਨੰਬਰ ਪਹਿਲਾਂ ਮੇਰੇ ਤੇ ਆਓ ਇਹਨੇ ਹਮਲੇ ਕਿਤੇ ਆਓ ਤਾਂ ਸਹੀ ਕਿਹੜੇ ਖਰਸਤਾਨ ਦੀਆਂ ਗੱਲਾਂ ਕਰਦੇ ਹੋ ਆਓ ਯਾਰ ਮਿਲ ਕੇ ਸਾਰੇ ਪੰਜਾਬ ਨੂੰ ਸਵਾਰੀਏ ਗੁਰੂ ਮਹਾਰਾਜ ਜੀ ਪਵਿੱਤਰ ਸਿੱਖੀ ਨੂੰ ਜਿਹੜੇ ਸਾਡੇ ਕੋਲ ਗੁਨਾਹ ਪਾਪ ਰਾਜਨੀਤਿਕ ਲੋਕਾਂ ਤੋਂ ਹੋਏ ਨੇ ਅਸੀਂ ਉਹਨਾਂ ਨੂੰ ਕਰਕੇ ਅਸੀਂ ਮਲਮ ਪੱਟੀ ਲਾ ਕੇ ਪੰਜਾਬੀਅਤ ਨੂੰ ਅਸੀਂ ਹੈ ਕਿ ਅੱਜ ਨਹੀਂ ਤੇ ਕੱਲ ਜਾਣਾ ਹੈ ਕਿਹੜੇ ਖਾਲਸਤਾਨ ਦੀਆਂ ਗੱਲਾਂ ਜੇ ਤਾਂ ਹੈਗੇ ਹੋ ਤੁਸੀਂ 50 ਕਰੋੜ 100 ਕਰੋੜ ਤੇ ਲਲੋ ਖਾਲਸਤਾਨ ਕੀ ਹੈ ਤੁਸੀਂ ਬੋਲੋਗੇ ਅਸੀਂ ਕਵਾਂਗੇ ਅਸੀਂ ਐ ਕਰਦਾਂਗੇ ਤੇ ਕੁਝ ਨਹੀਂ ਜੇ ਨਿਕਲਣਾ ਕੁਝ ਨਹੀਂ ਨਿਕਲਣਾ ਇਹਦੇ ਚ ਪੰਜਾਬ ਦੀ ਬਰਬਾਦੀ ਹੋਣੀ ਹੈ ਸਾਡੇ ਗੁਰੂ ਮਹਾਰਾਜ ਸਾਹਿਬ ਦਾ અપਮਾਨ ਹੋਣਾ ਮੈਂ ਮੰਨਾਂ ਹਿੰਦੁਸਤਾਨ ਦੇ ਪੋਲਿਟਿਸ਼ਨਰਾਂ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਇੰਟੈਲੀਜੈਂਸ ਏਜੰਸੀਆਂ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਇਹ ਲੁੱਟਾ ਸੌਦਾ ਦਾ ਵੀ ਜਦੋਂ ਇਹ ਪਖੰਡ ਸ਼ੁਰੂ ਹੋਇਆ ਸੀ ਇਹਦੇ ਪਿੱਛੇ ਵੀ ਇੰਟੈਲੀਜੈਂਸ ਏਜੰਸੀਆਂ ਸੀ ਜੋ ਮੈਨੂੰ ਲੱਗਦਾ ਮੈਂ ਉਸ ਵੇਲੇ ਵੀ ਲੱਖੀ ਜੀ ਤੁਹਾਨੂੰ ਉਸ ਵੇਲੇ ਮੈਂ ਕਿਹਾ ਸੀ ਅਸੀਂ ਇੰਨਾਂ ਚੀਜ਼ਾਂ ਤੋਂ ਬਚੀਏ ਇਹੋ ਜੀਆਂ ਏਜੰਸੀਆਂ ਫੇਰ ਤਿਆਰ ਖੜੀਆਂ ਨੇ ਫੇਰ ਪੰਜਾਬ ਨੂੰ ਤਬਾਹ ਕਰਨ ਦੇ ਵਿੱਚ ਕੋਨੇ 2 ਕਰੋੜ ਯਾਰ ਹੌਕਾ ਪੜਦਾ ਹੈ ਗੁਜਰਾਤ ਦੇ ਦੋ ਜ਼ਿਲ੍ਹੇ ਲੈ ਲਓ ਸੂਰਤ ਤੇ ਅਹਮਦਾਬਾਦ 2 ਕਰੋੜ ਦੀ 2 ਕਰੋੜ ਦੀ ਆਬਾਦੀ ਐਮਪੀਆਂ ਦੀ 2 ਕਰੋੜ ਤੇ ਜਰਾ ਹੌਕਾ ਭਰ ਕੇ ਤਾਂ ਦੇਖੋ ਅਸੀਂ ਐਵੇਂ ਇੱਕ ਦੂਜੇ ਨੂੰ ਧਮਕੀਆਂ ਮਾਰੀ ਜਾਂਦੇ ਨੇ ਉਹ ਕਹਿੰਦੇ ਨੇ ਨਾ ਵੀ ਪੰਜਾਬ ਚ ਤਾਂ ਚਲੋ ਪੌਣੇ 2 ਕਰੋੜ ਨੇ ਲੇਕਿਨ ਜਿਹੜਾ ਪੰਜਾਬੀ ਪੂਰੀ ਦੁਨੀਆ ਚ ਵੱਸੇ ਹੋਏ ਨੇ ਇਹ ਸ਼ਾਇਦ ਸ਼ਾ ਸਾਡੇ ਇੰਟਰਵਿਊ ਦਾ ਇੱਕ ਵੱਡਾ ਸਬਾਬ ਇਹ ਹੀ ਹੈ ਵੀ ਬਹੁਤ ਵੱਡਾ ਪੰਜਾਬੀ ਡਾਇਸਪੋਰਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਪੂਰੀ ਦੁਨੀਆ ਚ ਫੈਲਾ ਆਪਾਂ ਸਿਰਫ 2 ਕਰੋੜ ਦੀ ਗੱਲ ਨਾ ਕਰੀਏ ਉਹ ਲੋਕਾਂ ਦੇ ਮਨਾਂ ਦੇ ਵਿੱਚ ਉਹ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਹੈ ਤੇ ਉੱਥੇ ਹੀ ਨਾ ਪ੍ਰੋਪਾਗੈਂਡਾ ਜਾਂਦਾ ਹੈ ਪ੍ਰੋਪਾਗੈਂਡਾ ਜਾਂਦਾ ਹੈ ਲੱਕੀ ਜੀ ਮੇਰੀ ਗੱਲ ਸੁਣ ਮੈਂ ਟੋਕਣਾ ਚ ਪੰਜਾਬ ਤੋਂ ਬਾਹਰ ਹਿੰਦੁਸਤਾਨ ਚ ਜਾਂ ਵਿਦੇਸ਼ਾਂ ਚ ਬੈਠਾ ਸਿੱਖ ਗੁਰੂ ਮਹਾਰਾਜ ਨੂੰ ਦਿਲੋਂ ਮੰਨਦਾ ਹੈ ਅਸੀਂ ਨਹੀਂ ਮੰਨਦੇ ਅਸੀਂ ਤਾਂ ਪਾਪੀਆਂ ਅਸੀਂ ਤਾਂ ਐ ਮੱਥਾ ਡੇਕਿਆ ਤੁਰ ਜਾਂਦੇ ਅਸੀਂ ਤਾਂ ਪੋਲਿਟਿਕ ਕਰਦੇ ਆ ਅਸੀਂ ਤਾਂ ਵੋਟਾਂ ਦੀ ਰਾਜਨੀਤੀ ਕਰਦੇ ਆ ਲੱਕੀ ਜੀ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਹੋਇਆ ਪਵਿੱਤਰ ਸਿੱਖ ਬਾਹਰ ਦੋ ਤਰ੍ਹਾਂ ਦੇ ਸਿੱਖ ਨੇ ਇੱਕ ਤੇ ਲੱਗੀਆਂ ਨੇ ਬੇਗੁਨਾਹਾਂ ਦੇ ਮਜ਼ਲੂਮਾਂ ਨੂੰ ਮਾਰਿਆ ਉਹਨਾਂ ਦੀਆਂ ਤਸਵੀਰਾਂ ਇੱਕ ਗੁਰਦੁਆਰਾ ਸਾਹਿਬ ਨੇ ਜਿੱਥੇ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਦਸਾਂ ਨੋਹਾਂ ਦੀਆਂ ਕਮਾਈਆਂ ਦੇ ਨਾਲ ਗੋਲਕ ਦੇ ਵਿੱਚ ਪਾ ਕੇ ਉਹ ਗੁਰਦੁਆਰਾ ਸਾਹਿਬ ਨੂੰ ਪਵਿੱਤਰ ਰੱਖਦੇ ਨੇ ਸਜਾਉਂਦੇ ਨੇ ਸਿਰ ਝੁਕਾਉਂਦੇ ਨੇ ਇੱਕ ਗੁਰਦੁਆਰਾ ਸਾਹਿਬ ਨੇ ਜਿੱਥੇ ਕਾਤਲਾਂ ਦੀਆਂ ਤਸਵੀਰਾਂ ਤੇ ਥੱਲੇ ਗੁਰੂ ਗ੍ਰੰਥ ਸਾਹਿਬ ਦਾ અપਮਾਨ ਤੇ ਪੈਸੇ ਦੀ ਖਾਤਰ ਤੂੰ ਤੂੰ ਮੈਂ ਮੈਂ ਪ੍ਰਧਾਨਗੀਆਂ ਤੇ ਲੜਦੇ ਨੇ ਜਨਾਬ ਦੋ ਤਰ੍ਹਾਂ ਦੇ ਨੇ ਪਰ ਬਾਹਰ ਦਾ ਜਿਹੜਾ ਸਾਡਾ ਸਿੱਖ ਸਮਾਜ ਹੈ ਜਿਆਦਾ ਤੌਰ ਤੇ ਸਾਡੇ ਨਾਲੋਂ ਲੱਖਾਂ ਦਰਜੇ ਮਹਾਨ ਉਹਰੇ ਅੱਗੇ ਸਿਰ ਝੁਕਾਵਾਂਗੇ ਵੀ ਨੱਕ ਰਖੜਦੇ ਆ ਉਹਨਾਂ ਦੇ ਅੱਗੇ ਤੁਸੀਂ ਸਾਡੀ ਗੁਰੂ ਮਹਾਰਾਜ ਜੀ ਸਿੱਖੀ ਨੂੰ ਬੜਾ ਪਵਿੱਤਰ ਰੱਖਿਆ ਇਹ ਤਾਂ ਚੰਦ ਲੋਕ ਨੇ ਖਾਲਸਾਤਨ ਦੀਆਂ ਪੰਨੂ ਫੰਨੂ ਕਿਹੜਾ ਨਾਲ ਇਹ ਮੈਂ ਤਾਂ ਜਾਣਦਾ ਵੀ ਨਹੀਂ ਇਹੋ ਜੇ ਕਈ ਪੰਨੂ ਦੇਖੇ ਪਹਿਲੇ ਤੂੰ ਤੂੰ ਗੁਰਮਖ ਕਿੱਥੇ ਆ ਅਸੀਂ ਤਾਂ ਪਾਪੀ ਪਹਿਲੇ ਗੁਰਮਖਤਾ ਬਣ ਫਿਰ ਆ ਕੇ ਸਾਡੇ ਨਾਲ ਇੱਥੇ ਆ ਜਾ ਬਹਿਸ ਕਰ ਲੈਣੇ ਆ ਦਿੱਲੀ ਆ ਜਾ ਬਹਿਸ ਕਰ ਲੈਣੇ ਆ ਵੀ ਖਾਲਿਸਤਾਨ ਦਾ ਮਤਲਬ ਤਾਂ ਕੱਢ ਲਈਏ ਅਸੀਂ ਲੜ ਲੜ ਕੇ ਕੀ ਲੈਣਾ ਖਾਲਿਸਤਾਨ ਦੀਆਂ ਗੱਲਾਂ ਤਾਂ ਕਰ ਲਈਏ ਹਿੰਦੁਸਤਾਨ ਸਾਡਾ ਤੁਸੀਂ ਖਾਲਿਸਤਾਨ ਦੀਆਂ ਗੱਲਾਂ ਕਰੀ ਜਾਂਦੇ ਹੋ ਮੈਂ ਆਪਣੀ ਗੱਲ ਕਰਦਾ ਪੂਰੇ ਹਿੰਦੁਸਤਾਨ 'ਚ ਜਾਨਾ ਜੋ ਮਾਨ ਸਤਕਾਰ ਪਿਆਰ ਉਹ ਸਰਦਾਰ ਆ ਗਿਆ ਤੂੰ ਕੀ ਹਿੰਦੁਸਤਾਨੀ ਇੱਕ ਭਾਰਤੀ ਸਮਝਦੇ ਨੇ ਤੁਸੀਂ ਸਾਨੂੰ ਉੱਥੇ ਵੜੀ ਜਾਂਦੇ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਆ ਜਿਹੜੇ ਪੰਜਾਬ ਤੋਂ ਬਾਹਰ ਸਿੱਖ ਨੇ ਏਡੇ ਏਡੇ ਵੱਡੇ ਫਾਰਮ ਹਾਊਸ ਏਡੀਆਂ ਵੱਡੀਆਂ ਜ਼ਮੀਨਾਂ ਏਡੇ ਉਹਨਾਂ ਦੇ ਬਿਜ਼ਨਸ ਇਹਨਾਂ ਨੇ ਵਪਾਰ ਇਹ ਨਾਲ ਉਹਨਾਂ ਦੀਆਂ ਗੱਡੀਆਂ ਇਹਨਾਂ ਦੇ ਟਰੱਕ ਤੁਹਾਡੇ ਰੱਖਣ ਨੂੰ ਪੰਜਾਬ 'ਚ ਜਗ੍ਹਾ ਹੈ ਕੌਣਸਤਾਨ ਬਣਾਵਾਂਗੇ ਤੁਹਾਡੀ ਐਸੀ ਦੀ ਤੈਸੀ ਬਣਾਵਾਂਗੇ ਲੇਕਿਨ ਇਹ ਤੁਸੀਂ तमाम ਗੱਲਾਂ ਬਾਤਾਂ ਕਹੀਆਂ ਇਹ ਸਾਰੀ ਇਮੋਸ਼ਨਲ ਅਪੀਲ ਮੈਂ ਫੇਰ ਮੰਨ ਗਿਆ ਤੁਹਾਡੀ ਲੇਕਿਨ ਮੁੱਦਾ ਇਹ ਹੈਗਾ ਵੀ ਜਦ ਤੱਕ ਇੱਕ ਨਿਆ ਨਾ ਦੀ ਚੀਜ਼ ਇਨਸਾਫ ਨਾ ਦੀ ਚੀਜ਼ ਆਪਰੇਸ਼ਨ ਬਲੂ ਸਟਾਰ 1984 ਦਾ ਸਿੱਖ ਕਤਲੇਆਮ ਇਹਨਾਂ ਦੇ ਵਿੱਚ ਇਨਸਾਫ ਨਹੀਂ ਹੋਏ ਦੇਖੋ ਮੁੱਦਾ ਇਹੀ ਹੈ ਇਹ ਜਿਹੜੀ 30 ਹੈ ਨਾ ਇਹ ਜਿਹੜੀ 30 ਹੈ ਇਹ ਕਿਵੇਂ ਹਟੇਗੀ ਤੁਹਾਡੀਆਂ ਗੱਲਾਂ ਬਾਤਾਂ ਠੀਕ ਨਹੀਂ ਲੱਖੀ ਜੀ ਬਿਲਕੁਲ ਜਜ਼ਬਾਤ ਇਹ ਵੀ ਕਰਦੀ ਹੈ ਤੁਹਾਡੀਆਂ ਗੱਲਾਂ ਨਾਲ ਮੈਂ ਐਗਰੀ ਕਰ ਗਿਆ ਉਹ ਮੰਨ ਗਏ ਲੇਕਿਨ ਉਹ ਕਹਿੰਦੇ ਇਨਸਾਫ ਹੋਇਆ ਨਹੀਂ ਨਾ 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 ਇਨਸਾਫ ਨਾ ਕਰੋ ਰਾਜਨੀਤਿਕ ਲੋਕਾਂ ਦੀਆਂ ਗਲਤੀਆਂ ਦੇ ਨਾਲ ਹੱਥਾਂ 'ਚ ਫੜਾ ਕੇ ਬੰਦੂਕਾਂ ਸਿੱਖ ਨੌਜਵਾਨਾਂ ਨੂੰ ਮਾਰੇ ਹਿੰਦੂ ਤੇ ਦਿੱਲੀ ਦੇ ਵਿੱਚ ਸਿੱਖ ਨੌਜਵਾਨਾਂ ਦੇ ਸਿੱਖ ਲੋਕਾਂ ਦੇ ਗਲਾਂ ਦੇ ਵਿੱਚ ਪਾ ਕੇ ਟਾਇਰ ਅੱਗਾਂ ਲਾਈਆਂ ਕਨ ਆਪਾਂ ਇੱਥੇ ਆਈਏ ਇਹਦੇ ਜ਼ਿੰਮੇਦਾਰ ਕੌਣ ਸੀ ਅੱਗ ਐਵੇਂ ਫੁੱਜ ਫੁੱਜ ਗਈ ਅਸੀਂ ਰਾਤ ਫਿਰ ਕਹਾਂਗੇ ਇੱਥੇ ਆਉਣਾ ਪਏਗਾ ਆ ਨਹੀਂ ਨਾ ਮੈਂ ਆ ਰਿਹਾ ਅਸੀਂ ਮੈਂ ਆਪਣੇ ਦੋਹਾਂ ਧਿਆਨ ਨਾਲ ਲੈਣਾ ਹੁੰਦਾ ਮਸਲਾ ਮੈਂ ਤੁਹਾਨੂੰ ਗਿਆਨੀ ਜਾਨੀ ਮੇਨ ਜਿਹੜੀ ਪੋਲੀਟੀਕਲ ਜਮਾਤਾਂ ਨੇ ਉਹ ਅੱਜ ਕੁਝ ਨਹੀਂ ਚਾਹਨਾ ਚਾ ਰਹੀਆਂ ਉਹ ਚਾਹਦੇ ਨਹੀਂ ਭੁੱਲ ਜਾਓ ਨਾ ਕਰ ਅਤਵਾਦੀ ਤੁਹਾਡੇ ਪਿਛਲੇ 15 ਸਾਲਾਂ ਦੇ ਮੈਂ ਕਾਂਗਰਸ ਦੇ ਲੀਡਰਾਂ ਦੇ ਬਿਆਨ ਜਾਨਣਾ ਚਾਹਾਂਗਾ ਅਤਵਾਦ ਦੇ ਮੁੱਦੇ ਉੱਤੇ ਉਹਨਾਂ ਨੇ ਇਲੈਕਸ਼ਨਾਂ ਤੱਕ ਦੇ ਵਿੱਚ ਨਹੀਂ ਇਸ ਚੀਜ਼ ਨੂੰ ਕਲੇਮ ਕੀਤਾ ਵੀ ਅਸੀਂ ਅਤਵਾਦ ਦੂਰ ਕੀਤਾ ਉਹਨਾਂ ਲਈ ਮੁੱਦੇ ਨਹੀਂ ਹੈ ਲੱਖੀ ਜੀ ਤਰੀਕ ਦਾ ਮੁੱਦਾ ਪਹਿਲੀ ਗੱਲ ਪੰਜਾਬ ਚ ਅਤਵਾਦ ਨਹੀਂ ਜਿਹੜੇ 84 ਦੇ ਉੱਤੇ ਜਿਹੜੀ ਜਿਹੜੀ ਪਾਰਟੀਆਂ ਪੋਲਿਟਿਕਸ ਕਰਦੇ ਨੇ ਉਹਨਾਂ ਦਾ ਵੋਟ ਬੈਂਕ ਦੇਖੋ 84 ਦੇ ਨਾਂ ਦੇ ਉੱਤੇ ਹਰ ਪੋਲਿਟੀਕਲ ਪਾਰਟੀ ਨੇ ਪੋਲਿਟਿਕ ਕੀਤੀ ਚਾਹੇ ਅਕਾਲੀ ਸੀ ਚਾਹੇ ਕਾਂਗਰਸੀ ਸੀ ਚਾਹੇ ਜੀ ਕਿਸੇ ਨੇ ਇੱਕ ਫੁਲਕਾ ਆਮ ਪਾਰਟੀ ਦਾ ਦੇਖੋ ਮੈਂ ਉਹਨੂੰ ਮਿਲਿਆ ਨਹੀਂ ਉਹਦਾ ਉਹਦਾ ਦਾੜੀ ਦੇਖਿਆ ਕਰੋ ਐ ਗੁਰੂ ਮਹਾਰਾਜ ਜੀ ਸਜਾਈ ਹੋਈ ਪਵਿੱਤਰ ਕਵਿਤਰ ਮੈਂ ਮੈਂ ਪਤਾ ਨਹੀਂ ਗਲਤ ਨਾ ਹੋਣਾ ਤੇ ਬੋਲ ਗਿਆ ਹਾਂ ਮੈਂ ਇੱਕ ਬੰਦੇ ਨੂੰ ਸਲੂਟ ਕਰਦਾ ਹੋਏਗਾ ਕਿਸੇ ਪਾਰਟੀ ਦਾ ਮੈਂ ਕੁਝ ਨਹੀਂ ਜਿੰਨੇ 84 ਦੇ ਦੰਗਿਆਂ ਲਈ ਦਿਲ ਦੇ ਨਾਲ ਕੇਸ ਲੜਿਆ ਬਾਕੀ ਕਿਸੇ ਨੇ ਕੋਈ ਕੇਸ ਨਹੀਂ ਲੜਿਆ ਉਥੇ 84 ਦੇ ਦੰਗਿਆਂ ਨੂੰ ਕਿਹੜਾ ਇਨਸਾਫ ਮਿਲਿਆ ਮੈਂ ਕਹਿੰਦਾ ਫਿਰ ਕਹਿੰਦਾ ਇਹ ਆਪਾਂ ਇਸ ਮੁੱਦੇ ਤੇ ਜਾਣਾ ਪਏਗਾ ਵਾਈਟ ਪੇਪਰ ਜਾਣਾ ਹੀ ਕਰਨਾ ਪਏਗਾ ਕਿ ਅਤਵਾਦੀ ਲੜਾਈ ਕਿੱਥੋਂ ਸ਼ੁਰੂ ਹੋਣੀ ਅੱਜ ਵੀ ਕਹਿੰਦੇ ਆ ਪੰਜਾਬ ਚ ਅਤਵਾਦ ਕੋਈ ਅਤਵਾਦ ਨਹੀਂ ਪੰਜਾਬ ਚ ਕੋਈ ਟੈਰਰਿਜ਼ਮ ਨਹੀਂ ਕੋਈ ਹੈ ਪੁਲਿਸ ਆਪਣਾ ਕੰਮ ਕਰਦੀ ਐ ਹੁਣ ਇੱਥੇ ਕਈ ਹਿੰਦੂ ਸੰਗਠਨ ਨੇ ਇੱਥੇ ਕਈ ਹਿੰਦੂ ਸੰਗਠਨ ਨੇ ਬੰਦੇ 5-5 ਬੰਦੇ 4-4 ਕਈ ਜ਼ਮੀਨਾਂ ਦੇ ਕਬਜ਼ੇ ਕਰਨ ਵਾਲੇ ਤੇ ਫੇਸਬੁੱਕਾਂ 'ਤੇ ਪਾਉਂਦੇ ਨੇ ਖਾਲਿਸਤਾਨ ਨਹੀਂ ਬਣਿਆ ਯਾਰ ਖਾਲਿਸਤਾਨ ਦੀ ਗੱਲ ਨਹੀਂ ਤੇ ਕਿਉਂ ਖਾਲਿਸਤਾਨ ਦੀ ਗੱਲ ਕਰਦੇ ਹੋ ਫਿਰ ਉਦੋਂ ਧਮਕੀਆਂ ਆਉਂਦੀਆਂ ਕੈਨੇਡਾ ਅਮਰੀਕਾ ਤੋਂ ਫਿਰ ਪੁਲਿਸ ਅਫਸਰਾਂ ਕੋਲ ਜਾਂਦੇ ਨੇ ਦੇਖੋ ਜੀ ਤੁਹਾਨੂੰ ਧਮਕੀ ਆਈ ਗਨਮੈਨ ਦਿਓ 10-10 ਗਨਮੈਨ ਲਈ ਫਿਰਦੇ ਨੇ ਉਹ ਵੀ ਤਾਂ ਜ਼ਿੰਮੇਦਾਰ ਨੇ ਜਦੋਂ ਖਾਲਿਸਤਾਨ ਦੀ ਗੱਲ ਨਹੀਂ ਗਨਮੈਨ ਲੈਣ ਲਈ ਸੁਰੱਖਿਆ ਲੈਣ ਲਈ ਤਰਕ ਲਾ ਕੇ ਇੱਥੇ ਟਕ ਅੰਦਰ ਕੋਈ ਬਗੜ ਨਹੀਂ ਹਿੰਦੂ ਆਪਣਾ ਮ제 ਦਾ ਕੰਮ ਕਰਦਾ ਸਿੱਖ ਤੇ ਆਪਣਾ ਕਰ ਰਿਹਾ ਸਾਡਾ ਕੋਈ ਆਪਸ ਚ ਲੜਾਈ ਨਹੀਂ ਇਹ ਲੜਾਈਆਂ ਕਰਾਉਣ ਵਾਲੇ ਚਾਰ ਖਾਲਸਾ ਦੇ ਨਾਰੇ ਦੇਣ ਵਾਲੇ ਤੇ ਚਾਰ ਹਿੰਦੂ ਸੰਗਠਨ ਦੇ ਚਾਰ ਲੀਡਰ ਗਨਮੈਨ ਲੈਣ ਵਾਲੇ ਸਿਰਫ ਗਨਮੈਨ ਲੈਣ ਵਾਲੇ ਤੇ ਖਾਲਸਾਣ ਖੜਕ ਗੱਲ ਹੀ ਨਹੀਂ ਅਮਨ ਸ਼ਾਂਤੀ ਪੰਜਾਬ ਚ ਉਹਨੂੰ ਸਵਾਰਨ ਦੀ ਲੋੜ ਹੈ لیکن ਜਿਹੜੀ ਪਿਛਲੇ ਦਿਨ આજ ਕੁਝ ਹੋਇਆ ਆ ਪਿਛਲੇ ਡੇਢ ਸਾਲ ਦੇ ਵਿੱਚ ਕਈ ਐਸੇ ਲੀਡਰਾਂ ਨੂੰ ਟਾਰਗੇਟ ਕੀਤਾ ਗਿਆ ਹੁਣ ਉਹ ਸ਼ਰਾਰਤ ਸੀ ਏਜੰਸੀਆਂ ਨੇ ਵੀ ਖੁਲਾਸੇ ਕੀਤੇ ਨੇ ਆਈਐਸਆਈ ਤੱਕ ਇਨਵੋਲਡ ਹੈ ਇਹ ਹਿੰਦੂ ਲੀਡਰਾਂ ਨੂੰ ਮਾਰਿਆ ਗਿਆ ਟਾਰਗੇਟ ਕੀਤਾ ਗਿਆ ਦੇਖੋ ਅਤਵਾਦੀ ਵੱਖਵਾਦੀ ਗੈਂਗਸਟਰਾਂ ਦੇ ਨਾਲ ਮਿਲ ਕੇ ਹੋਇਆ ਪੰਜਾਬ ਪੁਲਿਸ ਨੇ ਲੰਬੇ ਚੌੜੇ ক্যাপਸੂਲ ਜਿਹੜੇ ਹੈਗੇ ਨੇ ਉਹਨਾਂ ਦਾ ਇਨਕਸ਼ਾਫ ਕੀਤਾ ਲੱਕੀ ਜੀ ਮੈਂ ਕਹਿੰਨਾ ਇਹ ਇਹ ਚੀਜ਼ ਬਿਨਾ ਆਧਾਰ ਤੋਂ ਨਹੀਂ ਹੈ ਤੁਸੀਂ ਨਹੀਂ ਕਹਿ ਸਕਦੇ ਵੀ ਚਾਰ ਲੋਕ ਉਧਰ ਤੇ ਚਾਰ ਲੋਕ ਇਧਰ ਇਹਦੇ ਨਾਲ ਪੂਰੀ ਅਪਰਾਧਿਕ ਸਾਜ਼ਿਸ਼ਾਂ ਜੁੜੀਆਂ ਹੋਈਆਂ ਨੇ ਮੈਂ ਇਸ ਤੇ ਬਿਲਕੁਲ ਸਹਿਮਤ ਹਾਂ ਗੈਂਗਸਟਰ ਦਾ ਹੋਇਆ ਵਾਦਾ ਇਹ ਇਹ ਪੰਜਾਬ ਤੇਰੇ ਨਾਲ ਦੀ ਕੋਈ ਚੀਜ਼ ਨਹੀਂ ਸੀ ਆਮ Hindu ਆਮ ਸਿੱਖ ਜਿਹੜਾ ਆਪਣੇ ਆਪਣੇ ਧਰਮਾਂ ਨੂੰ ਮੰਨਦਾ ਜਿਹੜਾ Hindu ਵੀ ਗੁਰੂ ਮਹਾਰਾਜ ਦੇ ਜਾਂਦਾ ਜਿਹੜਾ ਸਾਡੇ ਨਾਲ ਰਾਜਨੀਤਿਕ ਲੋਕਾਂ ਨਾਲ ਗੰਦੀ ਰਾਜਨੀਤੀ ਨਾਲ ਜਨਾਂ ਦਾ ਤਲਕ ਨਹੀਂ ਕਿ ਕਿਸੇ ਨੂੰ ਕਿਸੇ ਨੇ ਕੁਝ ਕਿਹਾ ਹੈ ਕਿਸੇ ਨੂੰ ਮਾਰੇ ਹੈ ਨਹੀਂ ਇਹ ਅਸੀਂ ਜਾਣ ਬੁੱਝ ਕੇ ਅੱਗਾ ਲਾਉਨੇ ਆ ਗਨਮਣ ਮਿਲ ਜਣ ਮਰ ਭਾਵੇਂ ਜਾਈਏ লাশ ਵੀ ਪਈ ਹੋਵੇ ਪਰ ਗਨਮੈਨ ਚਾਰੋਂ ਤਰਫ ਹਿੱਲਣੇ ਚਾਹੀਦੇ ਨੇ ਗਨਮੈਨ ਵੀ ਨਾਲ ਉੱਪਰ ਜਾਣੇ ਗਨਮੈਨਾਂ ਦੇ ਲਾਲਚ ਦੇ ਵਿੱਚ ਹੀ ਪੰਜਾਬ ਨੂੰ ਅੱਧਾ ਤਬਾਹ ਕਰ ਰਹੇ ਆ ਇਹਦੇ ਤੇ ਲੱਕੀ ਜੀ ਸੋਚੋ ਰਿਸਰਚ ਕਰੋ ਮੈਂ ਫੇਰ ਕਹਾਂ ਪੰਜ ਪੰਜ ਬੰਦੇ ਤੁਹਾਡੇ ਖੁਲ ਵੀ ਸੁਰੱਖਿਆ ਹੈਗੀ ਹੈ ਤੁਸੀਂ ਵੀ ਅੱਜ ਜੇ ਖੁੱਲ ਕੇ ਬੋਲਦੇ ਹੋ ਤਾਂ ਤੁਹਾਡੀ ਜਾਨ ਨੂੰ ਖਤਰਾ ਹੈ ਤਾਂ ਜਿਸ ਆਦਮੀ ਨੂੰ ਖਤਰਾ ਜਿਹੜਾ ਪੰਜਾਬ 'ਚ ਰਹਿੰਦਾ ਹੈ ਟੈਕਨੋਲੋਜੀ ਗੱਲ ਕਰਦਾ ਉਹਨੂੰ ਕੀ ਸੁਰੱਖਿਆ ਲੈਂਦਾ ਕੋਈ ਹੱਕ ਨਹੀਂ ਲੱਕੀ ਜੀ ਤੁਸੀਂ ਤਾਂ ਤੁਸੀਂ ਗਨਮੈਨਾਂ ਦੀ ਫਲੀਟ ਨਾਲ ਲੈ ਕੇ ਤੁਰਦੇ ਹੋ ਥੋੜੀ ਥੋੜੀ ਸਿਕਿਉਰਿਟੀ ਘੱਟ ਥੋੜਾ ਨਾ ਹੈਗੀ ਹੈ ਜੀ ਮੇਰੀ ਗੱਲ ਸੁਣੋ ਮੈਂ ਅੱਗ ਕਦੀ ਨਹੀਂ ਜੇ ਲਾਉਂਦਾ ਅੱਜ ਤੁਸੀਂ ਬੁਲਾਇਆ ਤੇ ਮੈਂ ਆਇਆ ਨਾ ਮੈਂ ਪੰਜਾਬ ਦੇ ਵਿੱਚ ਕੋਈ ਪ੍ਰੈਸ ਕਾਨਫਰੈਂਸ ਕਰਦਾ ਨਾ ਮੈਂ ਕਿਸੇ ਦੇ ਧਾਰਮਿਕ ਭਾਵਾਂ ਨੂੰ ਭੜਕਾਉਣਾ ਜੇ ਲੁੱਚਾ ਸੌਦਾ ਸੀ ਤੇ ਡਟ ਕੇ ਖੜੇ ਆਂ ਅਸੂਲਾਂ ਦੇ ਖੜਦਾ ਮੈਂ ਮੈਂ ਕਦੀ ਗਲਤ ਗੱਲ ਨਹੀਂ ਕਰਦਾ ਬਿਲਕੁਲ ਮੇਰੇ ਤੇ ਬੰਬ ਚਲਾਏ ਨੇ ਮੇਰੇ ਤੇ ਗੋਲੀਆਂ ਚਲਾਈਆਂ ਮੈਂ ਮੰਗਦਾ ਨਹੀਂ ਮੈਂ ਜਦੋਂ ਜਾਵਾਂਗਾ 70 ਬੰਦੇ ਚਲੇ ਗਏ ਤੇ ਮੇਰੇ ਨਾਲ ਕਿੰਨੀਆਂ ਜ਼ਿੰਦਗੀਆਂ ਜਾਂ ਮੈਂ ਅੱਗ ਨਹੀਂ ਲਾਉਂਦਾ ਬਲਰਾਮ ਵਾਲੇ ਦਾ ਪੁਤਲਾ ਜਲਾਵਾਂਗੇ ਗਨਮੈਨ ਨਾਲ ਹੀ ਚਲਾਵਾਂਗੇ ਜਾਣੇ ਤੇ ਜਾਓ ਅੰਮ੍ਰਿਤਸਰ ਚਲ ਜਾਓ ਨਾ ਅੰਮ੍ਰਿਤਸਰ ਦੇ ਵਿੱਚ ਖਾਲਸਾਤਾਨ ਦੇ ਨਾਰੇ ਲਾਏ ਸੀ ਉੱਥੋਂ ਦੇ ਸੇਵਾਦਾਰਾਂ ਨੇ ਕੁੱਟ-ਕੁੱਟ ਪਜਾਏ ਤੇ ਜਦੋਂ ਅਗਲਾ ਆਪਣਾ ਕੰਮ ਕਰੀ ਜਾਂਦੇ ਨੇ ਤੇ ਅਸੀਂ ਚੌਧਰੀ ਕਿਸ ਗੱਲ ਦੇ ਅਸੀਂ ਅੱਗਾ ਕਿਉਂ ਲਾਈਏ ਆ ਹੁਣ ਲੀਡਰ ਆਫ ਆਪੋਜੀਸ਼ਨ ਦੁਬਾਰਾ ਨਾ ਉਹ ਸਵਾਲ ਤੇ ਤੁਸੀਂ ਕਹਿ ਰਹੇ ਸੀ ਇਹ ਬੰਦਿਆਂ ਦੇ ਕੋਈ ਆਧਾਰ ਨਹੀਂ ਹੈ ਲੇਕਿਨ ਅੱਜ ਇਹ ਪੰਜਾਬ ਦਾ ਵਿਰੋਧੀ ਧਿਰਦਨ ਨੇਤਾ ਵੀ ਉਹਨੂੰ ਵੀ ਹਾਮੀ ਭਰਨੀ ਪਈ ਉਹ ਕਿਉਂ ਉਹ ਕਿਉਂ ਇਹੋ ਜੀ ਗੱਲ ਕਰ ਰਹੇ ਹੋ ਦੇਖੋ ਗੱਲ ਇਹ ਹੈ ਦੇਖੋ ਪਹਿਲਾਂ ਤੁਸੀਂ ਕਿਹਾ ਵੀ ਰਾਜਨੀਤਿਕ ਲੀਡਰਾਂ ਨੇ ਗਲਤੀਆਂ ਕੀਤੀਆਂ ਤੇ ਉਹਦਾ ਅੱਜ ਤੱਕ ਸੰਤਾਪ ਭੁਗਤ ਰਹੇ ਆ ਸੀ ਇਹ ਦੇਖੋ ਇਹ ਲੰਮਾ ਸਫ਼ਰ ਨਹੀਂ ਚੱਲਣਾ ਇਸ ਚੀਜ਼ ਦਾ ਕਈ ਲੋਕਾਂ ਦੀ ਸੋਚ ਸੈਕੂਲਰ ਨਹੀਂ ਹੁੰਦੀ ਕਈ ਲੋਕਾਂ ਦੀ ਸੋਚ ਸਿੱਖ ਜੰਮ ਤੇ ਵੀ ਕੋ ਉਹ ਵੀ ਨਹੀਂ ਹੁੰਦੇ ਅਸੀਂ ਪੱਗਾਂ ਤਾਂ ਬਨ ਲੈਨੇ ਆ ਅਸੀਂ ਗੁਰੂ ਮਹਾਰਾਜੇ ਸਿੱਖ ਤਾਂ ਜ਼ਰੂਰ ਬਣ ਜਾਂਦੇ ਆ ਪਰ ਸਾਡੇ ਅੰਦਰ ਦੀ ਜਿਹੜੀ ਪਵਿੱਤਰਤਾ ਉਹ ਸਹੀ ਨਹੀਂ ਹੁੰਦੀ ਇਹ ਮੈਂ ਤੁਹਾਨੂੰ ਸਾਨੂੰ ਹਰ ਪਾਸੇ ਵੋਟ ਔਰ ਸਤਾ ਨਜ਼ਰ ਆਉਂਦੀ ਹੈ ਪੰਜਾਬ ਰੁੜਦਾ ਰੁੜ ਕੇ ਪੰਜਾਬ ਬਰਬਾਦ ਹੁੰਦਾ ਹੋ ਜਾਏ ਜੋ ਹੋਇਆ ਪਿੱਛੇ ਬਹੁਤ ਕੁਝ ਹੋਇਆ ਉਹ ਉਹ ਚੀਜ਼ਾਂ ਭੁਲਾਈਆਂ ਨਹੀਂ ਜਾ ਸਕਦੀਆਂ ਮੈਂ ਮੰਨਣਾ ਨਵੀਂ ਜਨਰੇਸ਼ਨ ਲਈ ਇੱਕ ਬੜਾ ਵੱਡਾ ਸਵਾਲ ਹੈ ਬੜਾ ਵੱਡਾ ਨਿਸ਼ਾਨ ਹੈ ਵੀ ਆਹ ਆ ਕੀ ਹੋਇਆ ਪੰਜਾਬ ਦੇ ਵਿੱਚ ਪਰ ਇਹ ਕਿੰਨੀ ਦੇਰ ਤੱਕ ਨਵੀਂ ਜਨਰੇਸ਼ਨ ਨੂੰ ਅਸੀਂ ਇਸ ਪਾਸੇ ਪਾਉਂਦੇ ਰਵਾਂਗੇ ਉਹਨਾਂ ਨੂੰ ਨਵਾਂ ਰਸਤਾ ਦੇਵਾਂਗੇ ਅੱਜ ਦੇਖੋ ਬਾਹਰਲੇ ਵਿਦੇਸ਼ਾਂ ਦੇ ਵਿੱਚ ਸਿੱਖੀ ਸਿੱਖ ਥੋੜੇ ਜੇ ਸਿੱਖ ਕਿੱਥੇ ਨਜ਼ਰ ਆਉਂਦਾ ਹੈ ਦੇਖੋ ਕੋ ਮਿਨਿਸਟਰ ਬਣ ਰਿਹਾ ਕੋ ਕੁਝ ਬਣ ਰਿਹਾ ਕੋ ਕਿੱਥੇ ਜਾ ਰਿਹਾ ਕੋ ਉਹ ਕਿਹਦੀ ਇੱਜ਼ਤ ਹੈ ਗੁਰੂ ਮਹਾਰਾਜ ਨੇ ਦਿੱਤੀ ਦਸਤਾਰ ਦੀ ਇੱਜ਼ਤ ਹੈ ਔਰ ਅਸੀਂ ਪੰਜਾਬ ਦੇ ਵਿੱਚ ਆਪਣੀਆਂ ਇੱਤਾਂ ਨੂੰ ਰੋਲੀ ਜਾਂਦੇ ਆ ਅਸੀਂ ਰਾਜਨੀਤਿਕ ਦੂਜੇ ਨੂੰ ਸਵੇਰੇ ਉੱਠਦੇ ਆ ਜਿੰਨੀ ਦੇਰ ਤੱਕ ਦੂਜੇ ਆਪੋਜੀਸ਼ਨ ਨੂੰ ਅਸੀਂ ਗਾਲ੍ਹਾਂ ਨਾ ਕੱਢ ਲਈਏ ਮਾੜੇ ਬਟਨਾਂ ਵਾਲੀ ਵੱਡੀ ਖਬਰ ਨਾ ਲੱਗ ਜਾਏ ਉਨੀ ਦੇਰ ਤੱਕ ਸਾਨੂੰ ਰੋਟੀ ਨਹੀਂ ਨਸੀਬ ਹੁੰਦੀ ਅਸੀਂ ਯਾਰ ਸਵਾਰਥ ਤਾਂ ਆਪਣੇ ਛੱਡਿਆ ਮੈਂ ਵੀ ਤਾਂ ਛੱਡਿਆ ਮੈਂ ਵੀ ਤਾਂ ਸਭ ਕੁਝ ਛੱਡਿਆ ਬਿੱਟਾ ਸਾਹਿਬ ਉਮੀਦ ਕਰਾਂਗੇ ਜਿਹੜਾ ਸੁਨੇਹਾ ਬਿੱਟਾ ਸਾਹਿਬ ਨੇ ਦਿੱਤਾ ਹੈਗਾ کافی ਹੱਦ ਤੱਕ ਉਸ ਨੂੰ ਸਮਝਣ ਦੀ ਲੋੜ ਹੈਗੀ ਹੈ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਬਿਆਨਬਾਜ਼ੀ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਕ੍ਰੀਏਟ ਕੀਤੇ ਜਾਂਦੀ ਕੋਸ਼ਿਸ਼ ਹੈਗੇ ਨੇ ਨਾ ਤੱਕ ਪੰਜਾਬ ਦੇ ਵਿੱਚ ਨਾ ਹੀ ਪੰਜਾਬ ਤੋਂ ਬਾਹਰ ਉਸ ਕਿਸਮ ਦੀ ਗੱਲਬਾਤ ਹੈਗੀ ਹੈ ਲੇਕਿਨ ਫਿਰ ਵੀ ਜਦੋਂ ਜ਼ਿੰਮੇਵਾਰ ਆਗੂ ਇਸ ਕਿਸਮ ਦੀ ਗੱਲਾਂ ਬਾਤਾਂ ਨੂੰ ਹੋਰ ਹਵਾ ਦਿੰਦੇ ਨੇ ਉਸ ਆਗੂ ਨੂੰ ਹੋਰ ਅ ਭੜਕਾਉਂਦੇ ਨੇ ਤਾਂ ਉਸ ਦੇ ਵਿੱਚ ਮਨ ਲੱਗਦਾ ਵੀ ਇੱਕ ਕਾਰਨ ਜ਼ਰੂਰ ਬੰਦਾ ਹੈਗਾ ਵੀ ਮੇਨਸਟ੍ਰੀਮ ਜਿਹੜੇ ਸਾਡੇ ਪੋਲੀਟਿਸ਼ੀਅਨ ਨੇ ਜਾਂ ਮੇਨਸਟ੍ਰੀਮ ਸਾਡੀਆਂ ਜਮਾਤਾਂ ਨੇ ਸੋਚਣ ਵਾਲੇ ਵਰਗ ਨੇ ਥਿੰਕਰਸ ਹੈਗੇ ਨੇ ਉਹਨਾਂ ਨੂੰ ਇਸ ਉੱਤੇ ਇਤਰਾਜ਼ ਜ਼ਰੂਰ ਜਤਾਨਾ ਚਾਹੀਦੇ ਨੇ ਬੀਟਾ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਟੂਡੀਓ ਵਿੱਚ ਆਉਣ ਲਈ ਇਸ ਚਰ